ਵਰਸਤ ਪੰਜਾਬੀ ਆਰਗੇਨਾਈਜੇਸ਼ਨ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਤੇ ਹਾਰਦਿਕ ਸਵਾਗਤ ਮੇਰੇ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਪੰਜਾਬੀ ਸੰਗੀਤ ਦੇ ਨਾਲ ਸੰਬੰਧਿਤ ਵੱਖ-ਵੱਖ ਮਾਨਯੋਗ ਸ਼ਖਸੀਅਤਾਂ ਨੂੰ ਬਾਣਿਆ ਹੈ ਤੇ ਪਰਮਾ ਹੁਗਾਰਾ ਵੀ ਦਿੱਤਾ ਹੈ ਸੋ ਅੱਜ ਦੇ ਇਸ ਦਿਨ ਦੇ ਉੱਤੇ ਅਸੀਂ ਇੱਕ ਨਵੇਂ ਕਲਾਕਾਰ ਜੋ ਪੰਜਾਬ ਨਹੀਂ ਬਲਕਿ ਬਾਲੀਵੁੱਡ ਦੇ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਨੇ ਮੇਰੀ ਮੁਰਾਦ 우ਸਤਾਦ ਕੀੜੇ ਖਾਨ ਸ਼ਕੀਨ ਜੀ ਦੀ ਲਾਡਲੀ ਧੀ ਰਾਣੀ ਤੇ ਮਰਹੂਮ ਗਾਇਕ ਦਿਲਸ਼ਾਦ ਅਖਤਰ ਜੀ ਦੀ ਛੋਟੀ ਪੈਂਡ ਮਨਪ੍ਰੀਤ ਅਖਤਰ ਜੀ ਤੋਂ ਪਿਛਲੇ ਦਿਨਾਂ ਤੋਂ ਉਹ ਕੈਨੇਡਾ ਦੀ ਫੇਰੀ ਤੇ ਨੇ ਔਰ ਜਦੋਂ ਸਾਡੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਤਾਂ ਅਸੀਂ ਉਹਨਾਂ ਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਤੁਹਾਡੇ ਰੂਬਰੂ ਕਰਨ ਦੀ ਇੱਕ ਕੋਸ਼ਿਸ਼ ਕਰਨ ਦਾ ਇਹ ਉਪਰਾਲਾ ਅੱਜ ਕਰਨ ਜਾ ਰਹੇ ਹਾਂ ਮਨਪ੍ਰੀਤ ਅਖਤਰ ਜੀ ਅੱਜ ਸਾਡੇ ਨਾਲ ਨੇ ਆਓ ਤੁਹਾਡੇ ਲਈ ਤੁਹਾਡੀ ਜਾਣ ਪਹਿਚਾਨ ਲਈ ਯਾ ਸੰਗੀਤ ਨਾਲ ਮੋਹ ਰੱਖਦੇ ਪ੍ਰੇਮੀਆਂ ਦੇ ਲਈ ਕੁਝ ਗੱਲਬਾਤ ਮਨਪ੍ਰੀਤ ਅਖਤਰ ਹੁਣਾ ਦੇ ਨਾਲ ਕਰਦੇ ਆਂ। ਮਨਪ੍ਰੀਤ ਅਖਤਰ ਜੀ ਤੁਹਾਡਾ ਵਿਰਾਸਤ ਸਟੂਡੀਓ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ। ਬាទ ਬាទ ਸ਼ੁਕਰੀਆ ਵਿਰਾਸਤ ਪ੍ਰੋਗਰਾਮ ਵੇਖ ਰਹੇ ਸਾਰੇ ਹੀ ਸੂਝਵਾਨ ਸਰੋਤਿਆਂ ਨੂੰ ਮੇਰੇ ਵੱਲੋਂ ਆਦਾਬ ਨਮਸਕਾਰ ਸਸੀ ਕਾਂਜੀ ਸਸੀ ਕਾਂਜੀ ਭੈਣ ਜੀ ਬਹੁਤ ਅੱਛਾ ਲੱਗਾ ਜਦੋਂ ਅੱਜ ਤੁਹਾਡੇ ਨਾਲ ਇਹ ਮੁਲਾਕਾਤ ਕਰ ਰਹੇ ਆਂ। ਭਾਵੇਂ ਸਾਡੇ ਮੇਲੇ ਤੁਹਾਡੇ ਨਾਲ ਪਟਿਆਲੇ ਤੋਂ ਹੁੰਦੇ ਆ ਰਹੇ ਨੇ ਪਰ ਕੈਨੇਡਾ ਦੇ ਵਿੱਚ ਅੱਜ ਟੀਵੀ ਦੇ ਰੂਪਰੂ ਹੋਣ ਲੱਗਿਆ। ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੁਹਾਡੇ ਨਾਲ ਮੁਲਾਕਾਤ ਕਰਦੇ ਆਂ। ਮੈਨੂੰ ਵੀ ਬੜੀ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਪੰਜਾਬ ਤੋਂ ਪਟਿਆਲੇ ਨੂੰ ਬਿਲੋਂਗ ਕਰਦੇ ਹੋ ਔਰ ਮੈਂ ਵੀ ਪਟਿਆਲੇ ਨੂੰ ਬਿਲੋਂਗ ਕਰਦੀ ਆਂ ਔਰ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਟੋਰਾਂਟੋ ਦੇ ਵਿੱਚ ਇੰਨੀ ਪੰਜਾਬੀ ਮਾਂ ਬੋਲੀ ਨੂੰ ਇੰਨਾ ਯੋਗਦਾਨ ਦਿੱਤਾ ਹੈ ਔਰ ਏਟੀਵੀ ਦਾ ਉਪਰਾਲਾ ਤੁਸੀਂ ਜਿਹੜਾ ਕੀਤਾ ਹੈ ਬਹੁਤ ਹੀ ਅਗਾਵਧੂ ਤੁਹਾਡਾ ਕਦਮ ਹੈ ਔਰ ਤੁਹਾਡੇ ਵਰਗੇ ਸੂਝਵਾਨ ਜਿਹੜੇ ਬੁੱਧੀਜੀਵੀ ਨੇ ਜਿਨ੍ਹਾਂ ਨੂੰ ਪੰਜਾਬੀ ਮਾਂ ਬੋਲੀ ਸ਼ੁੱਧਤਾ ਨਾਲ ਬੋਲਣੀ ਆਉਂਦੀ ਹੈ ਮੈਂ ਚਾਹੁੰਨੀ ਆ ਕਿ ਉਹ ਜ਼ਰੂਰ ਇਹੋ ਜਿਹੇ ਪ੍ਰੋਗਰਾਮ ਨੂੰ ਬਣਾਉਣ ਔਰ ਆਰਗੇਨਾਈਜ਼ ਕਰਨ ਔਰ ਟੀਵੀ ਦੇ ਉੱਤੇ ਆਪਣੇ ਪ੍ਰੋਗਰਾਮ ਦੇਣ ਸੋ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਹੈ ਲਾਲੀ ਭਾਜੀ ਤੁਹਾਡੇ ਨਾਲ ਗੱਲ ਕਰਕੇ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਹੈ ਉਹ ਟੀਵੀ ਦਾ ਬਣਾ ਰਹੇ ਹੋ ਔਰ ਮੈਨੂੰ ਨਾਚੀਜ਼ ਨੂੰ ਇਸ ਪ੍ਰੋਗਰਾਮ ਦੇ ਵਿੱਚ ਮੌਕਾ ਦੇ ਰਹੇ ਹੋ ਮੈਂ ਤੁਹਾਡੀ ਬੜੀ ਧੰਨਵਾਦੀ ਆ ਤੁਹਾਡਾ ਬਹੁਤ ਧੰਨਵਾਦ ਤੁਹਾਡਾ ਪਿਛੋਕੜ ਕੀ ਹੈ ਔਰ ਤੁਸੀਂ ਅੱਜਕੱਲ ਕਿਹੜੇ ਲੈਵਲ ਦੇ ਉੱਤੇ ਜੌਬ ਵੀ ਕਰ ਰਹੇ ਹੋ ਨਾਲ ਨਾਲ ਸੋ ਗਾਇਕੀ ਨੂੰ ਪੇਸ਼ਾ ਅਪਣਾਉਣ ਤੋਂ ਪਹਿਲਾਂ ਇਸ ਖੇਤਰ ਵਿੱਚ ਆਉਣ ਲਈ ਤੁਹਾਡਾ ਮੁਢਲਾ ਕਾਰਨ ਕੀ ਸੀ ਮੈਂ 우ਸਤਾਜ ਜਨਾਬ ਕਿੜੇ ਖਾਸ ਸ਼ੌਕੀਨ ਹੋਣਾਂ ਦੀ ਬੇਟੀ ਆ ਜਿਹੜੇ ਬਹੁਤ ਹੀ ਆਪਣੇ ਸਮੇਂ ਦੇ ਬਹੁਤ ਆਲਾ ਦਰਜੇ ਦੇ ਗਾਇਕ ਸਨ ਜਿਨ੍ਹਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਬਚਪਨ ਵਿੱਚ ਢੱਡ ਸਰੰਗੀ ਤੇ ਲੋਕ ਗਾਇਕੀ ਗਾਈ ਫਿਰ ਉਹਨਾਂ ਨੇ ਜਵਾਨੀ ਦੇ ਵਿੱਚ ਕੱਲਿਆਂ ਪਰਫਾਰਮ ਵੀ ਕੀਤਾ ਔਰ ਡਿਊਟ Song ਵੀ ਗਾਏ ਜਿਦੇ ਵਿੱਚ ਅਨਰਿੰਦਰ ਬੀਬਾ ਹੋਣਾ ਨਾਲ ਸੁਰੇਂਦਰ ਕੌਰ ਹੋਣਾ ਨਾਲ ਬਹੁਤ ਸਾਰੇ ਲੇਡੀ ਕਲਾਕਾਰਾਂ ਨਾਲ ਉਹਨਾਂ ਨੇ ਆਪਣੇ ਪ੍ਰੋਗਰਾਮ ਦਿੱਤੇ ਕਿਉਂਕਿ ਉਸ ਵੇਲੇ ਵੀਡੀਓ ਦਾ ਜ਼ਮਾਨਾ ਨਹੀਂ ਸੀ ਆਡੀਓ ਦਾ ਵੀ ਜ਼ਮਾਨਾ ਨਹੀਂ ਸੀ ਤੇ ਉਸ ਵੇਲੇ ਤਾਂ ਮਾਈਕ ਵੀ ਨਾ ਹੁੰਦਾ ਪਰ ਮੇਰੇ ਫਾਦਰ ਸਾਹਿਬ ਦੀ ਆਵਾਜ਼ ਇੰਨੀ ਉੱਚੀ ਸੀ ਕਿ ਮਾਈਕ ਤੋਂ ਬਿਨਾਂ ਹੀ ਬਹੁਤ ਉੱਚੀ ਗਾਉਂਦੇ ਸੀ ਢੱਡ ਸੰਗੀਤੇ ਤਾਂ ਬਿਲਕੁਲ ਹੀ ਮਾਈਕ ਤੋਂ ਬਗੈਰ ਹੀ ਉਹ ਗਾਉਂਦੇ ਸੀ ਸੋ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਗਾਇਕੀ ਦੇ ਰੰਗ ਨੂੰ ਆਪਦੀ ਉਮਰ ਦੇ ਹਿਸਾਬ ਨਾਲ ਬਦਲਿਆ ਉਹ ਬਹੁਤ ਹੀ ਅچھے ਕਵਾਲੀ ਬਹੁਤ ਅੱਛੀ ਕਰ ਲੈਂਦੇ ਸੀ ਕਲਾਸਿਕਲ ਅੱਛਾ ਜਾਣਦੇ ਸੀ ਲਾਈਟ 뮤జిక్ ਦੇ ਵਿੱਚ ਬੜਾ ਉਹਨਾਂ ਦਾ ਇੰਟਰਸਟ ਸੀ ਫਿਰ ਉਸ ਤੋਂ ਇਲਾਵਾ ਉਹਨਾਂ ਨੇ ਧਾਰਮਿਕ ਪ੍ਰੋਗਰਾਮ ਵੱਲ ਰੁਝਾਨ ਕੀਤਾ ਔਰ ਆਪਣੀ ਜਿਹੜੀ ਉਹਨਾਂ ਦੀ ਵੈਸੇ ਤਾਂ ਉਹ 52 ਸਾਲ ਦੀ ਉਮਰ 'ਚ ਚਲੇ ਗਏ ਪਰ ਜਿਹੜੀ ਉਹਨਾਂ ਦੀ ਆਖਰੀ ਸਟੇਜ ਮੈਂ ਕਹਿ ਸਕਦੀ ਹਾਂ ਉਹਦੇ ਵਿੱਚ ਉਹਨਾਂ ਨੇ ਧਾਰਮਿਕ ਗਾਇਆ ਔਰ ਬੁੱਢਾ ਦਲ 96 ਕਰੋੜੀ ਬਾਬਾ ਸੰਤਾ ਸਿੰਘ ਜੀ ਹੁਣਾਂ ਤੋਂ ਵੀ ਸਨਮਾਨ ਪ੍ਰਾਪਤ ਕੀਤੇ ਪਟਨਾ ਸਾਹਿਬ ਹਜ਼ੂਰ ਸਾਹਿਬ ਅ ਇੰਦਾਰ ਕੰਡੂਆ ਪਸਾਵਲ ਬਹੁਤ ਥਾਵਾਂ ਤੇ ਮਤਲਬ ਉਹਨਾਂ ਨੂੰ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਬੁਲਾਇਆ ਜਾਂਦਾ ਸੀ ਤੇ ਮੇਰਾ ਜਿਹੜਾ ਗਾਇਕੀ ਦਾ ਮਤਲਬ ਹੈਗਾ ਉਹ ਤਾਂ ਮੈਂ ਬਚਪਨ ਤੋਂ ਹੀ ਗਾਉਂਦੀ ਆ ਰਹੀ ਹਾਂ ਕਿਉਂਕਿ ਮੈਨੂੰ ਗੁਰਤੀ ਗਾਇਕੀ ਦੀ ਮਿਲੀ ਹੈ ਮੇਰੇ ਫਾਦਰ ਸਾਹਿਬ ਬਹੁਤ ਅੱਛਾ ਗਾਉਂਦੇ ਸੀ ਮੇਰੇ ਨਾਨਕਿਆਂ ਵਿੱਚ ਵੀ ਗਾਇਕੀ ਦਾ ਥੋੜਾ ਬਹੁਤ ਦਾਰ ਸੀ ਮੇਰੇ ਮਾਮਾ ਜੀ ਸਾਬਰ ਹੁਸੈਨ ਸਾਬਰ ਬਹੁਤ ਹੀ ਅੱਛੇ ਆਪਣੇ ਟਾਈਮ ਦੇ ਬਹੁਤ ਅੱਛੇ ਗਾਇਕ ਸੀ ਤੇ ਉਸ ਤੋਂ ਇਲਾਵਾ ਮੇਰੇ ਮਦਰ ਨਸੀਬ ਬੀਬੀ ਉਹ ਵੀ ਚੰਗਾ ਗੁੰਗਣਾ ਲੈਂਦੇ ਸੀ ਵਿਆਹ ਸ਼ਾਦੀਆਂ ਦੇ ਵਿੱਚ ਅਕਸਰ ਬਹੁਤ ਸੋਹਣਾ ਵਿਆਹ ਸ਼ਾਦੀਆਂ ਦੇ ਗੀਤ ਘਰ ਘਰ 'ਚ ਗਾਉਂਦੇ ਸੀ ਤੇ ਸਾਡੇ ਘਰਾਂ ਦੇ ਵਿੱਚ ਲੜਕੀਆਂ ਨੂੰ ਤੁਹਾਨੂੰ ਪਤਾ ਗਾਉਣਾ ਦਾ ਨਹੀਂ ਮੌਕਾ ਮਿਲਦਾ ਸੀ ਤੇ ਮੈਂ ਬਹੁਤ ਬਚਪਨ ਤੋਂ ਛੋਟੀ ਜਿਹੀ ਸੀ ਜਦੋਂ ਤੋਂ ਗਾਉਣਾ ਸ਼ੁਰੂ ਕੀਤਾ ਪਰ ਫਾਦਰ ਸਾਹਿਬ ਮੈਨੂੰ ਵੈਸੇ ਸ਼ੌਕ ਕੀਤਾ ਮੇਰੇ ਫਾਦਰ ਬੈਂਜੋ ਵੀ ਵਜਾਉਂਦੇ ਸੀ ਬੈਂਜੋ ਵਜਾ ਕੇ ਵੀ ਗਾਉਂਦੇ ਸੀ ਤੇ ਜਦੋਂ ਬੈਂਜੋ ਦੇ ਉੱਤੇ ਕਈ ਗਾਣੇ ਮੈਨੂੰ ਸਿਖਾਉਂਦੇ ਸੀ ਉਹਨਾਂ ਵਿੱਚੋਂ ਇੱਕ ਨਿੱਕਾ ਜਿਹਾ ਗਾਣਾ ਮੈਂ ਤੁਹਾਨੂੰ ਜਰੂਰ ਸੁਣਾਵਾਂਗੀ ਜਿਹੜਾ ਉਹਨਾਂ ਨੇ ਮੈਨੂੰ ਸਿਖਾਇਆ ਮੱਛੀ ਬਣ ਜਾਨੀ ਅਕਬਾਬ ਬਣ ਜਾਨੀ ਹੈ ਬੋਤਲਾ ਚ ਪਾ ਲੈ ਵੇ ਸ਼ਰਾਬ ਬਣ ਜਾਨੀ ਹੈ ਮੱਛੀ ਬਣ ਜਾਨੀ ਹੈ ਕਬਾਬ ਬਣ ਜਾਨੀ ਹੈ ਬੋਤਲਾ ਚ ਪਾ ਲੈ ਵੇ ਸ਼ਰਾਬ ਬਣ ਜਾਨੀ ਆ ਵੈਸੇ ਤਾਂ ਇਹ ਗੱਲ ਜਗ ਜ਼ਾਹਿਰ ਹੈ ਕਿ ਜੋ ਸੂਝਵਾਨ ਗਾਇਕ ਸਰੋਤੇ ਉਹਨਾਂ ਨੂੰ ਪਰਮਾਤਮਾ ਵੀ ਇਸ ਦੁਨੀਆ ਦੇ ਵਿੱਚ ਲੰਮਾ ਜੀਵਨ ਨਹੀਂ ਦਿੰਦਾ ਜਿੱਦਾਂ ਕਿ ਤੁਹਾਡੇ ਪਿਤਾ ਜੀ ਔਰ ਸਾਡੇ ਵੱਡੇ ਵੀਰ ਦਿਲਸ਼ਾਦ ਅਖਤਰ ਜੀ ਵੀ ਬਾਲਾ ਸਮਾ ਇਸ ਜੱਗ ਦੇ ਨਹੀਂ ਰਹਿ ਸਕੇ ਸੋ ਵਕਤ ਦੇ ਕੁਝ ਤੰਗ ਤਰੀਕਿਆਂ ਦੇ ਨਾਲ ਉਹ ਇਸ ਜਹਾਨ ਤੋਂ ਹਾਲਵੇ ਦਾ ਕਹਿ ਗਏ ਜਿਨ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਦਿਲਸ਼ਾਦ ਅਖਤਰ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਵੀ ਜਾਂਦਾ ਭਾਵੇਂ ਉਹ ਸਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਹੈ ਮੇਰਾ ਇੱਕ ਸਵਾਲ ਇਹ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਸੀਂ ਕਿੰਨੇ ਭੈਣ ਭਾਈ ਹੋ ਅਸੀਂ ਦੋ ਭੈਣਾਂ ਔਰ ਦੋ ਭਰਾ ਸਾਡੇ ਪਰਿਵਾਰ ਦੇ ਵਿੱਚ ਦੋਨੋਂ ਵੱਡੇ ਜਿਹੜੇ ਉਹਨਾਂ ਨੂੰ ਗਾਇਕੀ ਵੱਲ ਬਹੁਤਾ ਧਿਆਨ ਨਹੀਂ ਸੀ ਵੱਡੇ ਬ੍ਰਦਰ ਮੇਰੇ ਵੈਸੇ ਸਤਾਰ ਦੀ ਵੀ ਉਹਨਾਂ ਨੇ ਕੀਤੀ ਆਪਣਾ ਯੂਥ ਫੈਸਟੀਵਲ ਵਗੈਰਾ ਤੇ ਜਾਂਦੇ ਸੀ ਪਰ ਗਾਇਕੀ ਜਿਹੜੀ ਹੈ ਉਹ ਮੈਨੂੰ ਤੇ ਦਿਲਸ਼ਾਦ ਨੂੰ ਹੀ ਵੈਸੇ ਵਿੱਚ ਮਿਲੀ ਤੇ ਪਰ ਜਦੋਂ ਮੈਂ ਬੱਚੀ ਸੀ ਦਿਲਸ਼ਾਦ ਕਿਉਂਕਿ ਮੈਂ ਤਾਂ ਛੋਟਾ ਸੀ 2 ਸਾਲ ਪਾਣੀ 2 ਸਾਲ ਤੇ ਉਹ ਨਹੀਂ ਸੀ ਬੋਲਦਾ ਬਿਲਕੁਲ 8ਵੀਂ ਤੱਕ ਤਾਂ ਉਹ ਨਹੀਂ ਬਿਲਕੁਲ ਆਵਾਜ਼ ਹੀ ਨਹੀਂ ਕੱਢੀ ਮੇਰੇ ਸਾਹਮਣੇ ਕਿਉਂਕਿ ਜਿਹੜੇ ਲੋਕ ਸਾਡੇ ਘਰ ਆਉਂਦੇ ਸੀ ਉਹ ਮੈਨੂੰ ਹੀ ਸੁਣਦੇ ਸੀ ਔਰ ਜਿਵੇਂ ਬਾਬੂ ਸਿੰਘ ਮਾਨ ਹੁਣੀ ਅੰਕਲ ਸਦੀਕ ਹੁਣੀ ਉਹਨਾਂ ਨੇ ਮੈਨੂੰ ਜਿਹੜੀ ਵੀ ਕਿਸੇ ਕਲਾਕਾਰ ਨੇ ਸਾਡੇ ਘਰ ਆਉਣਾ ਤੇ ਮੇਰੇ ਪਾਪਾ ਨੇ ਵੈਸੇ ਉਦਾਂ ਮੈਨੂੰ ਗਾਉਣ ਨਹੀਂ ਮਤਲਬ ਹੁਕਮ ਨਹੀਂ ਸੀ ਕਿ ਮੈਂ ਸਟੇਜ ਤੇ ਗਾਵਾਂ ਪਰ ਮੇਰੇ ਫਾਦਰ ਨੂੰ ਜਦੋਂ ਵੇਖਦੇ ਸੀ ਵੀ ਇਹ ਕੁੜੀ ਨੂੰ ਤਾਂ ਠੀਕ ਠੀਕ ਹੀ ਆ ਕੁਝ ਆਉਂਦਾ ਨਹੀਂ ਤੇ ਜਦੋਂ ਮੈਨੂੰ ਸੁਣਾ ਦਿੰਦੇ ਸੀ ਉਹ ਬਿਲਕੁਲ ਕਹਿੰਦੇ ਸਾਡੇ ਤਾਂ ਹੈਂਡਸ ਅਪ ਨੇ ਜੀ ਇਸ ਕੁੜੀ ਮੁਰੇ ਅਸੀਂ ਨਹੀਂ ਗਾ ਸਕਦੇ ਸੋ ਉਸ ਵੇਲੇ ਮੇਰੇ ਫਾਦਰ ਮੈਨੂੰ ਮਤਲਬ ਹਲਾਸ਼ੇਰੀ ਤਾਂ ਦਿੰਦੇ ਸੀ ਪਰ ਸਮਾਜ ਵੱਲ ਜੇ ਪਿੱਛੇ ਝਾਤੀ ਮਾਰੀਏ 25 ਸਾਲਾਂ ਦੇ ਵਿੱਚ ਤੇ ਉਸ ਵੇਲੇ ਦਾ ਸਮਾਜ ਤੇ ਅੱਜ ਦਾ ਸਮਾਜ ਉਹਦੇ ਵਿੱਚ ਬਹੁਤ ਅੰਤਰ ਹੈ ਇਸ ਜਿਹੜਾ ਕੰਪਿਊਟਰ ਦਾ ਯੁੱਗ ਹੈ ਉਹਨੇ ਸਾਡੇ ਵਿੱਚ ਬਹੁਤ ਸਾਡੇ ਬੱਚਿਆਂ ਦੇ ਤੇ ਸਾਡੇ ਦਰਮਿਆਨ ਬਹੁਤ ਵੱਡਾ ਇੱਕ ਜਿਵੇਂ ਕਹਿ ਲਓ ਕਿ ਪਾੜਾ ਖਤਮ ਕਰ ਦਿੱਤਾ ਹਾਂ ਕਹਿੰਦੀ ਇੱਕਲ ਹੋਰ ਮੈਂ ਇਹ ਗੱਲ ਸਾਡੇ ਸਰੋਤਿਆਂ ਦੇ ਵਿੱਚ ਇੱਕ ਬਹੁਤ ਵੱਡੀ ਦੁਬਿਦਾ ਹੈ ਕਿ ਅਖਤਰ ਨਾਂ ਲੈ ਕੇ ਕਈ ਹੋਰ ਗਾਇਕ ਤੇ ਗਾਇਕਾਵਾਂ ਇਸ ਮੈਦਾਨ ਦੇ ਵਿੱਚ ਆਈਆਂ ਨੇ ਔਰ ਇਸ ਗੱਲ ਦਾ ਝਾਂਸਾ ਪਾਇਆ ਜਾਂਦਾ ਹੈ ਕਿ ਉਹ ਮਨਪ੍ਰੀਤ ਅਖਤਰ ਦੇ ਤਾਇਆ ਜੀ ਦੀ ਬੇਟੀ ਹੈ ਜਾਂ ਮਨਪ੍ਰੀਤ ਅਖਤਰ ਦੀ ਛੋਟੀ ਭੈਣ ਹੈ ਜਾਂ ਦਿਲਸ਼ਾਦ ਦੀ ਕਜ਼ਨ ਸਿਸਟਰ ਹੈ ਜਿੱਦਾਂ ਇਹੋ ਜਿਹਾ ਰਿਲੇਸ਼ਨ ਦੇ ਕੇ ਲੋਕਾਂ ਦੇ ਵਿੱਚ ਆਪਣੀ ਪਹਿਚਾਨ ਬਣਾਉਣ ਲਈ ਉਹਨਾਂ ਨੇ ਇਸ ਗੱਲ ਨੂੰ ਧੋੜਿਆ ਹੋਇਆ ਮੈਂ ਕਿਸੇ ਵੀ ਕਲਾਕਾਰ ਜਾਂ ਗਾਇਕਾਵਾ ਦਾ ਨਾਂ ਨਹੀਂ ਲੈਣਾ ਚਾਹੁੰਗਾ ਪਰ ਥੋੜਾ ਜਿਹਾ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਗਾ ਕਿ ਤੁਹਾਡੇ ਪਰਿਵਾਰ ਦੇ ਵਿੱਚੋਂ ਹੋਰ ਕੌਣ-ਕੌਣ ਅਖਤਰ ਨਾਂ ਹੇਠ ਇਸ ਮਾਰਕੀਟ ਦੇ ਵਿੱਚ ਸਾਡੇ ਆਪਣੇ ਪਰਿਵਾਰ ਦੇ ਵਿੱਚੋਂ ਤਾਂ ਮੈਂ ਮੇਰੇ ਫਾਦਰ ਸਾਹਿਬ ਦੀ ਤਾਂ ਮੈਂ ਹੀ ਬੇਟੀ ਹਾਂ ਹੁਣ ਜਿਹੜੀ ਘਰ ਹੀ ਆ ਤੇ ਵੈਸੇ ਮੇਰੇ ਇੱਕ ਤਾਇਆ ਜੀ ਦਾ ਬੇਟਾ ਸੰਦੀਪ ਅਖਤਰ ਜੀ ਉਹ ਮੇਰੇ ਤਾਇਆ ਜੀ ਦਾ ਬੇਟਾ ਹੈ ਅਸਲੀ ਤੇ ਬਾਕੀ ਕਿਸੇ ਨਾਲ ਕੋਈ ਵੀ ਐਫ ਜਾ ਮੇਰੇ ਜਿੰਨਸ ਦਾ ਕੋਈ ਕੁੜੀ ਐ ਜੀ ਹੈ ਨਹੀਂ ਜਿਹੜੀ ਸਾਡੇ ਪਰਿਵਾਰ ਨਾਲ ਸਬੰਧ ਰੱਖਦੀ ਹੋਵੇ ਦੂਰੋਂ ਨੇੜੇ ਕੋਈ ਰਿਸ਼ਤੇਦਾਰੀ ਅੱਗੇ ਦੀ ਅੱਗੇ ਕੋਈ ਹੋਵੇ ਤਾਂ ਮੈਂ ਕਹਿ ਨਹੀਂ ਸਕਦੀ ਪਰ ਅਕਸਰ ਨਾ ਨਾਲ ਜੇ ਕੋਈ ਮੈਨੂੰ ਨਹੀਂ ਲੱਗਦਾ ਕਿ ਜੇ ਦਿਲਸ਼ਾਦ ਤੋਂ ਬਾਅਦ ਮੈਂ ਗਾਉਣਾ ਸ਼ੁਰੂ ਕੀਤਾ ਹੈ ਔਰ ਮੇਰੀ ਗਾਇਕੀ ਦੇ ਵਿੱਚ ਜੇ ਦਮ ਨਾ ਹੋਵੇ ਤਾਂ ਲੋਕ ਮੇਰੇ ਮੈਨੂੰ ਅਕਸੈਪਟ ਕਰਨਗੇ ਕਿਉਂਕਿ ਮੈਂ ਜੇ ਦਿਲਸ਼ਾਦ ਦੇ ਉੱਤੋਂ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਪਸੰਦ ਆਊਗੀ ਅਗਰ ਮੈਂ ਇਹ ਚਾਹਾਂ ਕਿ ਪਾਪਾ ਜੀ ਦਾ ਨਾਮ ਲੈ ਕੇ ਜਾਂ ਦਿਲਸ਼ਾਦ ਦਾ ਨਾਮ ਲੈ ਕੇ ਮੈਨੂੰ ਕੋਈ ਸਤਕਾਰ ਮਿਲੇਗਾ ਉਹ ਮੇਰੀ ਬੇਵਕੂਫੀ ਹੋਏਗੀ ਕਿਉਂਕਿ ਆਪਣਾ ਨਾਂ ਬਣਾਉਣ ਵਾਸਤੇ ਆਪਣੇ ਆਪ ਵਿੱਚ ਦਮ ਹੋਣਾ ਬਹੁਤ ਜ਼ਰੂਰੀ ਹੈ ਆ ਸੰਗੀਤ ਕਰਾਣੇ ਦੇ ਨਾਲ ਜਿਹੜੀਆਂ ਧੀਆ ਨੇ ਉਹ ਵੈਸੇ ਸਮਾਜ ਦੇ ਵਿੱਚ ਸਾਰਿਆਂ ਦੇ ਲਈ ਪਿਆਰੀਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਅਗਰ 우ਸਤਾਦ ਕੀੜੇ ਖਾਂ ਸ਼ਕੀਨ ਹੋਣਾ ਦੀ ਲਾਡਲੀ ਧੀ ਮੰਚ ਦੇ ਉੱਤੇ ਆ ਕੇ ਆਪਣੀ ਪਰਫਾਰਮੈਂਸ ਕਰਦੀ ਹੈ ਤਾਂ ਮੇਰੇ ਵੱਲੋਂ ਇਹ ਹੰਗਾਰਾ ਜ਼ਰੂਰ ਹੋਵੇਗਾ ਕਿ ਉਸ ਧੀ ਨੂੰ ਪਿਆਰ ਜ਼ਰੂਰ ਮਿਲੇਗਾ ਇਹ ਵਕਰੀ ਗੱਲ ਹੈ ਕਿ ਦਿਲਸ਼ਾਹਦ ਦਾ ਮਕਾਮ ਜੋ ਮਾਰਕੀਟ ਦੇ ਵਿੱਚ ਸੀ ਕਾਲਜ ਸਮੇਂ ਤੋਂ ਲੈ ਕੇ ਜਦੋਂ ਦੇ ਉਹ ਪ੍ਰੋਫੈਸ਼ਨਲ ਸਿੰਗਿੰਗ ਦੇ ਵਿੱਚ ਆਏ ਨੇ ਤਾਂ ਉਹਨਾਂ ਦੇ ਇੱਕ ਵੱਖਰਾ ਮੁਕਾਮ ਸੀ ਜੋ ਅੱਜ ਵੀ ਹੈ ਜੋ ਗੀਤ ਦਲਸ਼ਾਦ ਨੇ ਗਾਏ ਨੇ ਸ਼ਾਇਦ ਉਹਨਾਂ ਗੀਤਾਂ ਦੇ ਉੱਤੇ ਕੋਈ ਹੋਰ ਗਾਇਕ ਅੱਜ ਤੱਕ ਪੂਰਾ ਨਹੀਂ ਨਿਭ ਸਕਿਆ ਪਰ ਮੈਂ ਇੱਕ ਗੱਲ ਹੋਰ ਕਹੂੰਗਾ ਕਿ ਅੱਜ ਦੇ ਗਾਇਕ ਮਾਰਕੀਟ ਦੇ ਵਿੱਚ ਆਉਂਦੇ ਨੇ ਰਿਆਜ਼ ਦੀ ਬਹੁਤ ਜ਼ਿਆਦਾ ਕਮੀ ਹੈ ਪੈਸੇ ਦੇ ਸਿਰ ਤੇ ਜਾਂ ਅੱਜ ਦੀ ਜੋ ਸਾਇੰਸ ਜੋ ਟੈਸਟ ਟੈਕਨੋਲੋਜੀ ਦੇ ਨਾਲ ਇਸ ਗਾਇਕੀ ਦੇ ਖੇਤਰ ਦੇ ਵਿੱਚ ਨਵੀਆਂ-ਨਵੀਆਂ ਤਕਨੀਕਾਂ ਇਜਾਦ ਹੋਈਆਂ ਨੇ ਉਨ੍ਹਾਂ ਦਾ ਸਹਾਰਾ ਲੈ ਕੇ ਉਹ ਮਾਰਕੀਟ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਹਮੇਸ਼ਾ ਹੀ ਅੱਗੇ ਰਹਿੰਦੇ ਨੇ ਔਰ ਹੋਏ ਵੀ ਨੇ ਪਰ ਇਹ ਵੱਖਰੀ ਗੱਲ ਹੈ ਕਿ ਉਹ ਇਸ ਮੰਚ ਦੇ ਉੱਤੇ ਜਾਂ ਇਸ ਮਾਰਕੀਟ ਦੇ ਵਿੱਚ ਕਿਤਨੀ ਦੇਰ ਟਿਕੇ ਨੇ ਇਹਦੇ ਬਾਰੇ ਫੈਸਲਾ ਸਾਡੇ ਸਰੋਤੇ ਜ਼ਿਆਦਾ ਕਰ ਸਕਦੇ ਨੇ ਬੇਹਤਰੀ ਦੇ ਨਾਲ ਮੈਂ ਇੱਕ ਮੇਰਾ ਸਵਾਲ ਇਸ ਗੱਲ ਤੋਂ ਉੱਠਦਾ ਹੈ ਕਿ ਰਿਆਜ਼ ਆਮ ਕਲਾਕਾਰ ਨੂੰ ਜਦੋਂ ਕਦੇ ਇੰਟਰਵਿਊ ਕਰਨ ਦਾ ਮੌਕਾ ਮਿਲਦਾ ਜਾਂ ਸੁਣਨ ਦਾ ਮੌਕਾ ਮਿਲਦਾ ਤਾਂ ਉਹਨਾਂ ਦੇ ਮੂੰਹ ਤੋਂ ਇਹ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ ਜੀ ਮੈਂ ਜਦੋਂ ਵੀ ਕਿਤੇ ਵੇਲਾ ਮਿਲ ਜਾਵੇ ਮੈਂ ਰਿਆਜ਼ ਤੋਂ ਦੂਰ ਨਹੀਂ ਹੁੰਦਾ ਸਵੇਰੇ ਉੱਠ ਖੜੀਦਾ ਤੇ 8-8 ਘੰਟੇ 10-10 ਘੰਟੇ ਰਿਆਜ਼ ਕਰੀਦਾ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਗਾ ਕਿ ਰਿਆਜ਼ ਦੀ ਪਰਿਭਾਸ਼ਾ ਕੀ ਹੈ ਜੀ ਬਹੁਤ ਸੋਹਣਾ ਸਵਾਲ ਤੁਸੀਂ ਮੈਨੂੰ ਕੀਤਾ ਹੈ ਰਿਆਜ਼ ਅਕਸਰ ਸਾਰੇ ਜਿੰਨੇ ਗਾਉਣ ਵਾਲੇ ਜਿਹੜੇ ਥੋੜਾ ਬਹੁਤ ਗਾ ਲੈਂਦੇ ਨੇ ਉਹ ਅਕਸਰ ਰਿਆਜ਼ ਦੀ ਗੱਲ ਕਰਦੇ ਨੇ ਰਿਆਜ਼ ਦਾ ਮਤਲਬ ਹੈ ਰਿਹਸਲ ਰਿਆਜ਼ ਇੱਕ ਇੱਕ ਗੱਲ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਪਰਪਖ ਬਣਾਉਣ ਵਾਸਤੇ ਉਸ ਕੰਮ ਨੂੰ ਜਦੋਂ ਪਰਫੈਕਸ਼ਨ ਲੈਣ ਵਾਸਤੇ ਜਦੋਂ ਉਹਨੂੰ ਦੁਹਰਾਉਂਦੇ ਹੋ बार-बार 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 ਤਾਂ ਰੈਪੀਟੀਸ਼ਨ ਕਰਨ ਨਾਲ ਤੁਸੀਂ ਤੁਹਾਡੇ ਵਿੱਚ ਪਰਪਖਤਾ ਆਉਂਦੀ ਹੈ ਪਰ ਜਿਹੜੇ ਲੋਕ ਕਹਿੰਦੇ ਨੇ ਹੁਣ ਮੈਂ ਬਹੁਤ ਸਾਰੇ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦੀ ਬਹੁਤ ਸਾਰੇ ਬੱਚੇ ਬਹੁਤ ਸਾਰੇ ਕਲਾਕਾਰ ਹੈ ਉਹ ਜਿਨੇ ਜਿਹੜੇ ਹਰਮੋਨੀਅਮ ਦੇ ਉੱਤੇ ਹੱਥ ਧਰਦੇ ਨੇ ਤੇ ਸੁਰ ਉਹਨਾਂ ਦਾ ਕਿਤੇ ਜਾਂਦਾ ਹੈ ਪਰ ਉਹ ਕਹਿੰਦੇ ਮੈਂ ਰਿਆਜ਼ ਕੀਤਾ ਔਰ ਉਹਨਾਂ ਦਾ ਕੋਈ ਉਸਤਾਦ ਉਹਨਾਂ ਦੇ ਕੋਲ ਨਹੀਂ ਬੈਠਾ ਹੁੰਦਾ ਤੇ ਜਿੰਨਾ ਚਿਰ ਉਸਤਾਦ ਦੇ ਸਾਹਮਣੇ ਤੁਸੀਂ ਰਿਆਜ਼ ਨਹੀਂ ਕਰਦੇ ਤੁਸੀਂ ਰਿਆਜ਼ ਤੋਂ ਭਾਵੇਂ ਹੈ ਕਿ ਚਾਹੇ ਉਹ ਸੁਰ ਸਾਹ ਹੋਵੇ ਕਿਉਂਕਿ ਸਾਰਾ ਹੀ ਸਾਜ਼ ਜਿਨੇ ਨੇ ਉਹ ਸਾ ਤੂੰ ਹੀ ਜਿੰਨਾ ਮਰਜੀ ਐ ਸਾਰੇ ਸਾ ਹੀ ਨੇ ਉਹਦੇ ਵਿੱਚ ਵੈਸੇ ਤਾਂ ਸਾਡੇ ਜਿਹੜਾ ਸੰਗੀਤ ਆ ਉਹਦੇ ਵਿੱਚ ਸਤ ਸੁੱਧ ਸੁਰ ਤੇ ਪੰਜ ਵਿਕਰਤ ਸੁਰ ਨੇ ਉਸ ਮੈਂ ਮੰਦੀ ਆ ਪਰ ਜੇ ਜਿੱਥੇ ਵੀ ਸਾ ਦੇ ਉੱਤੇ ਤੁਸੀਂ ਸਾ ਲਾਉਨੇ ਹੋ ਜਿੱਥੋਂ ਤੱਕ ਤੁਸੀਂ ਜਾਣੇ ਹੋ ਤਿੰਨ ਸਬਤਕ ਨੇ ਮੰਦਰ ਸਬਤਕ ਮਧ ਸਬਤਕ ਤਾਰ ਸਬਤਕ ਮਧ ਸਬਤਕ ਜਿਹੜਾ ਹੈ ਉਹਦੇ ਵਿੱਚ ਤੁਸੀਂ ਆਮ ਤੌਰ ਤੇ ਕਲਾਕਾਰ ਗਾਉਂਦਾ ਹੈ ਤੇ ਜਿਹੜਾ ਮੰਦਰ ਸਬਤਕ ਹੈ ਉਹਦੇ ਵਿੱਚ ਕਿੰਨੀਆਂ ਸੁਰਾਂ ਤੱਕ نیچے ਜਾਂਦਾ ਹੈ ਉਹਦਾ ਰਿਆਸ ਰਿਆਜ਼ ਦੀ ਮਹਲੇ ਗੱਲ ਕਰ ਰਹੀ ਆ ਤਾਰ ਸਬਤਕ ਜਿੱਥੇ ਤਾਰ ਸਬਤਕ ਦੇ ਜਿੰਨੇ ਸਵਾਰਾਂ ਦੇ ਵਿੱਚ ਉਹ ਜਾਂਦਾ ਹੈ ਜਿੰਨੇ ਸਵਾਰਾਂ ਤੱਕ ਉਹ ਸ਼ੁੱਧਤਾ ਨਾਲ ਸਵਾਰ ਲਾ ਕੇ ਆਉਂਦਾ ਹੈ ਉਹ ਕੀ ਨੇ ਤਾਰ ਸਬਤਕ ਦੇ ਸਵਾਰ ਨੇ ਉਹ ਹੈ ਸਾਰੇ ਹੀ ਸਾ ਪਰ ਮੇਰਾ ਜਿੱਥੋਂ ਤੱਕ ਰਿਆਜ਼ ਦਾ ਸਵਾਲ ਆ ਉਹ ਇਹ ਹੈ ਕਿ ਸਾ ਦੇ ਉੱਤੇ ਜਿੰਨੀ ਦੇਰ ਤੱਕ ਉਸ ਸਵਰ ਦੇ ਉੱਤੇ ਟਹਿਰਾ ਨਹੀਂ ਬਣਦਾ ਉਸ ਸਵਰ ਦੇ ਵਿੱਚ ਗਾਉਣ ਵਾਲਾ ਜਾਂ ਰਿਆਜ਼ ਕਰਨ ਵਾਲਾ ਲੀਨ ਨਹੀਂ ਹੋ ਜਾਂਦਾ ਉਹ ਸਵਰ ਦੇ ਉੱਤੇ ਪਰਪਕਤਾ ਨਹੀਂ ਆ ਜਾਂਦੀ ਓਨੀ ਦੇਰ ਤੱਕ ਉਹ ਰਿਆਜ਼ ਨਹੀਂ ਮੰਨੀ ਜਾਂਦੀ ਠੀਕ ਹੈ ਜੀ ਤੇ ਜਦੋਂ ਇਹੀ ਕਾਰਨ ਹੈ ਕਿ ਬਹੁਤ ਸਾਰੇ ਕਲਾਕਾਰ ਜਿਹੜੇ ਆ ਬਿਨਾ ਹਾਰਮੋਨੀਅਮ ਤੋਂ ਨਹੀਂ ਗਾ ਸਕਦੇ ਉਹ ਅੱਛਾ ਗਾ ਰਹੇ ਹੁੰਦੇ ਆ ਤੁਸੀਂ ਸਟੂਡੀਓ ਤੇ ਜਦੋਂ ਇਸ ਤਰ੍ਹਾਂ ਇੰਟਰਵਿਊ ਕਰਦੇ ਆ ਤੇ ਉਹ ਬਿਲਕੁਲ ਸੁਰ ਤੋਂ ਹਟਕੇ ਗਾਉਂਦੇ ਨੇ ਮੇਰੇ ਵੀਰ ਮੇਰੀਆਂ ਭੈਣਾਂ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਸੁਰ ਕੀ ਚੀਜ਼ ਹੈ ਕਿਉਂ ਕਿਉਂਕਿ ਉਹਨਾਂ ਨੇ ਉਹਦੇ ਉੱਤੇ ਪਰਪਕਤਾ ਨਹੀਂ ਹਾਸਲ ਕੀਤੀ ਰਿਆਜ਼ ਕਰਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਾ ਦਿਨ ਰਾਤ ਲੱਗੇ ਰਹੋ ਔਰ ਉਹਦੇ ਵਿੱਚ ਕੋਈ ਨਵੀਂ ਵੈਰਾਈਟੀ ਨਾ ਪੈਦਾ ਕਰੋ ਠੀਕ ਹੈ ਜੀ ਰਿਆਜ਼ ਕਰਨ ਦੇ ਬੜੇ ਤਰੀਕੇ ਨੇ ਬੜੇ ਅਲੰਕਾਰ ਨੇ ਜਿੰਨੇ ਮਰਜ਼ੀ ਬਣਾਈ ਜਾਓ ਉਹ ਤੁਹਾਡੀ ਮਰਜ਼ੀ ਹੈ ਹਾਂ 10 ਅਲੰਕਾਰ ਨਹੀਂ ਹੁੰਦੇ ਇਕੱਲੇ ਉਹਦੇ ਵਿੱਚ ਜਿੰਨੀ ਮਰਜ਼ੀ ਵੈਰਾਈਟੀ ਹੈ ਇਹ ਤੁਹਾਡੇ ਵਿੱਚ ਹੈ ਕਿ ਤੁਸੀਂ ਕਿਹੜੇ ਸੁਰ ਤੋਂ ਕਿਵੇਂ ਕਿਵੇਂ ਮੀਨ ਲੈਂਦੇ ਹੋ ਕਿਵੇਂ ਤੁਸੀਂ ਸਾਹ ਤੋਂ ਸਾਹ ਤੱਕ ਜਾਂਦੇ ਹੋ ਤਾਂ ਨਿਚਲੇ ਸਾਹ ਤੋਂ ਮੱਧ ਸਬਤਕ ਦੇ ਸਾਹ ਤੋਂ ਉਤਾਰ ਸਬਤਕ ਦਾ ਸਾਹ ਲੈਨੇ ਹੋ ਤਾਂ ਮਤਲਬ ਉਹ ਵੀ ਇੱਕ ਅਲੰਕਾਰ ਹੈ ਪਰ ਮੇਰਾ ਮਤਲਬ ਜਿੱਥੋਂ ਤੱਕ ਹੈ ਕਿ ਕੱਲੇ ਬੈਠ ਕੇ ਜੇ ਕਈ ਲੋਕ ਕਹਿੰਦੇ ਹਨ ਕਿ ਮੈਂ ਲੀਨ ਹੋ ਕੇ ਜੀ ਕੱਲੇ ਬੈਠ ਕੇ ਤੇ ਸੁਰ ਦੇ ਵਿੱਚ ਤਲীন ਨਹੀਂ ਹੋਇਆ ਜਿੰਨੀ ਦੇਰ ਤੱਕ ਮੇਰੇ ਉਸਤਾਦ ਪੰਡਿਤ ਕਿਸ਼ਨ ਕੰਤ ਸ਼ਰਮਾ ਜੀ ਵੀ ਸੰਜੋਸ਼ੀ ਜੀ ਦੇ ਸ਼ਗਿਰਦ ਸਨ ਉਹ ਕਿਰਾਨਾ ਘਰਾਣਾ ਤੋਂ ਸਨ ਮੇਰਾ ਵੈਸੇ ਘਰਾਣਾ ਪਟਿਆਲਾ ਘਰਾਣਾ ਪਰ ਉਹ ਮੈਨੂੰ ਇਹ ਹੀ ਸਿਖਾਉਂਦੇ ਸੀ ਕਿ ਬੇਟੇ ਪੈਸੇ ਤਾਂ ਅੱਲਾ ਪਾਕ ਦੀ ਮਿਹਰ ਹੈ ਕਿ ਮੈਨੂੰ ਸੁਰ ਦਾ ਮਾੜਾ ਜਬ ਇੱਧਰ ਉੱਧਰ ਹੋ ਜੇ ਤਾਂ ਮੈਂ ਮਰਨ ਵਰਗੀ ਹੋ ਜੰਨੀ ਆ ਸਟੇਜ ਤੇ ਵੀ ਕੋਈ ਬੇਸੁਰਾ ਸੁਰ ਲੱਗ ਜਵੇ ਤੇ ਮੈਥੋਂ ਆਪ ਤੋਂ ਲੱਗ ਜੇ ਤਾਂ ਫਿਰ ਮੈਂ ਆਪਦੇ ਆਪ ਨੂੰ ਕਦੇ ਮਾਫੀ ਨਹੀਂ ਕਰ ਸਕਦੀ ਮੈਂ ਜਦੋਂ ਸੁਰ ਲਾਉਣੀ ਆ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਸੁਰਾਂ ਦੇ ਵਿੱਚ ਖੁੱਬਿਆ ਜਾਵੇ ਵਿੱਚ ਤਾਂ ਖੁੱਬ ਸਕਦੇ ਹੋ ਤੁਸੀਂ ਜੇ ਤੁਹਾਡੀ ਕਨਸੈਂਟਰੇਸ਼ਨ ਬਣੀ ਹੋਈ ਹੈ ਜਿੰਨੀ ਦੇਰ ਤੱਕ ਤੁਸੀਂ ਸੰਗੀਤ ਦੇ ਵਿੱਚ ਲੀਨ ਨਹੀਂ ਹੁੰਦੇ ਓਨੀ ਦੇਰ ਤੱਕ ਰਿਆਜ਼ ਦਾ ਕੋਈ ਫਾਇਦਾ ਨਹੀਂ ਉਸ ਦਾ ਜਿਹਦੇ ਵਿੱਚ ਤੁਸੀਂ ਸ਼ੁੱਧਤਾ ਤੇ ਪਰਪਕਤਾ ਨਹੀਂ ਪੈਦਾ ਕੀਤੀ ਤੁਹਾਡਾ ਜਵਾਬ ਬਹੁਤ ਖੂਬ ਹੈ ਵੈਸੇ ਤਾਂ ਇਸ ਗੱਲ ਦਾ ਕਈ ਵਾਰੀ ਮੰਚ ਦੇ ਉੱਤੇ ਵੀ ਵਿਸਥਾਰ ਨਾਲ ਗਿਆਨ ਮਿਲਿਆ ਕਿ ਗੁਲਾਮ ਅਲੀ ਖਾਨ ਸਾਹਿਬ ਇੱਕ ਵਾਰੀ ਮੰਚ ਦੇ ਉੱਤੇ ਪਰਫਾਰਮ ਕਰ ਰਹੇ ਸੀ ਤਾਂ ਉਹਨਾਂ ਦਾ ਇਹ ਅਕਸਰ ਕਹਿਣਾ ਹੁੰਦਾ ਸੀ ਕਿ ਯਾਰ ਸਾਡੇ ਤੋਂ ਤਾਂ ਬੈਠ ਕੇ ਗਾਇਕੀ ਸ਼ੁੱਧਰੀ ਹੋ ਜਾਂਦੀ ਤੇ ਪੰਜਾਬੀ ਗਾਇਕ ਨੱਚ-ਨੱਚ ਕੇ ਪਤਾ ਨਹੀਂ ਕਿਹੜੇ ਪਾਸੇ ਸੁਰ ਲਾ ਲੈਂਦੇ ਨੇਗੇ ਔਰ ਉਹੀ ਵਾਕੀ ਤੁਹਾਡੇ ਸਵਾਲ ਦੇ ਵਿੱਚ ਇੱਕ ਸਵਾਲ ਪੈਦਾ ਹੋਇਆ ਤੁਹਾਡੇ ਜਵਾਬ ਦੇ ਵਿੱਚੋਂ ਕਿ ਜਦੋਂ ਤੱਕ ਤੁਹਾਡੀ ਆਪਣੀ ਕਨਸੈਂਟਰੇਸ਼ਨ ਆਪਣੇ ਰਿਆਜ਼ ਦੇ ਜਾਂ ਆਪਣੇ ਉਸ ਸੁਰ ਦੇ ਉੱਤੇ ਨਹੀਂ ਤਾਂ ਤੁਹਾਡੀ ਆਵਾਜ਼ ਦੇ ਵਿੱਚੋਂ ਸੁਰ ਸਹੀ ਨਿਕਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਅ ਵੈਸੇ ਤਾਂ ਅੱਜ ਦੇ ਜਿਹੜੇ ਗਾਇਕ ਨੇ ਹਾਰਮੋਨੀਅਮ ਤੋਂ ਕੋਹਾਂ ਦੂਰ ਨੇ। ਹਾਰਮੋਨੀਅਮ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ ਕਈਆਂ ਨੂੰ ਤਾਂ ਆਪ ਹਾਰਮੋਨੀਅਮ ਪਲੇ ਵੀ ਨਹੀਂ ਕਰਨਾ ਆਉਂਦਾ ਵਜਾਉਣਾ ਵੀ ਨਹੀਂ ਆਉਂਦਾ ਔਰ ਹਮੇਸ਼ਾ ਹੀ ਉਹ ਦੂਸਰੇ ਦਾ ਇੱਕ ਆਸਰਾ ਤੱਕ ਕੇ ਰਿਆਜ਼ ਕਰਦੇ ਨੇਗੇ। ਤੁਸੀਂ ਹੁਣ ਤੱਕ ਕਈ ਕੈਸੇਟਸ ਦੇ ਵਿੱਚ ਗਾਇਆ। ਤੁਸੀਂ ਪੰਜਾਬੀ ਯੂਨੀਵਰਸਿਟੀ ਦੇ ਆਪਣੇ ਸਮੇਂ ਦੇ 골ਡ ਮੈਡਲਿਸਟ ਵੀ ਰਹੇ ਹੋ। 呃。Uh ਉਸ ਤੁਹਾਡੇ ਕਾਲਜ ਜਿੱਥੇ ਤੁਸੀਂ ਪੜ੍ਹੇ ਹੋ ਥਾਪਰ ਕਾਲਜ ਮੈਂ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਸਾਡਾ ਤਾਂ ਪ੍ਰੋਫੈਸ਼ਨਲ ਆਰਟਸ ਕਾਲਜ ਤੋਂ ਬਿਲਕੁਲ ਹੀ ਡਿਫਰੈਂਟ ਸੀ ਇੰਜੀਨੀਅਰਿੰਗ ਪ੍ਰੈਸਰ ਸਾਹਿਬ ਐਸ ਪੀ ਸਿੰਘ ਮੈਨੂੰ ਕਹਿੰਦੇ ਸੀ ਕਿ ਬੀਬਾ ਅਸੀਂ ਵੈਸੇ ਤਾਂ ਹੈਗੇ ਆ ਥੋੜਿਆਂ ਵਾਲੇ ਤੁਹਾਨੂੰ ਕੁਝ ਨਾ ਕੁਝ ਦੇ ਕੇ ਭੇਜੀਦਾ ਹਾਂ ਇੰਜੀਨੀਅਰਿੰਗ ਕਾਲਜਸ ਦੇ ਵਿੱਚ ਇਹੋ ਜਿਹੇ ਇਵੈਂਟਸ ਬਹੁਤ ਘੱਟ ਹੁੰਦੀਆਂ ਸੀ ਪਰ ਥਾਪਰ ਇੰਸਟੀਚਿਊਟ ਦਾ ਇੱਕ ਬਹੁਤ ਅੱਛਾ ਮੁਕਾਮ ਰ ਹੈ ਜਿੱਥੇ ਇੱਕ ਸੈਟਰੋ ਨਾਲ ਹੀ ਇਹ ਨਾਮ ਦਾ ਇਹ ਫੰਕਸ਼ਨ ਸੀਗਾ ਜੋ 3 ਦਿਨ ਦਾ ਚੱਲਦਾ ਸੀ ਔਰ ਆਲ ਓਵਰ ਇੰ 6 ਕੰਡੀ ਸੀ ਹਾਂ ਜੀ ਉਹ ਸਮੇਂ ਅਸੀਂ ਉਸ ਕਾਲਜ ਦੇ ਵਿੱਚ ਸੀਗੇ ਜੀ ਬੜੀ ਖੁਸ਼ੀ ਦੀ ਗੱਲ ਆ ਮੇਰਾ ਜਿੱਥੇ ਜਿੱਥੇ ਗੱਲਾਂ ਦੇ ਨਾਲ-ਨਾਲ ਰਾਫਤਾ ਜਦੋਂ ਤੁਸੀਂ ਯੂਥ ਫੈਸਟੀਵਲ ਦੇ ਵਿੱਚੋਂ 골ਡ ਮੈਡਲ ਲਿਸਟ ਰਹੇ ਤੁਹਾਡਾ ਇੱਕ ਗੀਤ ਬੜਾ ਹੀ ਪਿਆਰਾ ਤੁਸੀਂ ਉਸ ਨੂੰ ਗਜ਼ਲ ਕਹਿੰਦੇ ਹੋ ਗੀਤ ਸੀਗਾ ਹਾਂ ਗੀਤ ਮੁਕਾਬਲਾ ਹੁੰਦਾ ਨਾ ਹਾਂ ਉਹ ਗੀਤ ਗਜ਼ਲ ਮੁਕਾਬਲਾ ਸੀ ਤੁਹਾਡਾ ਇੱਕ ਗੀਤ ਬੜਾ ਫੇਵਰਿਟ ਹੋਇਆ ਸੀ ਤੇ ਮੈਂ ਚਾਹੂੰਗਾ ਸਾਡੇ ਸਰੋਤਿਆਂ ਦੇ ਨਾਲ ਉਹਦਾ ਇੱਕ ਅੰਤਰਾ ਜ਼ਰੂਰ ਸਾਂਝਾ ਕਰਾਂ husn jawani te rang phulande eh hi muddat rehnde nahi lakh takiyan माण करेंदी ए बज़ार विक दिलि मेर ते गे छाले दिलि में ਦੇ ਚਲੇ ਨੀੜੀਏ ਜੋ ਤਸਬੀਹ ਵਿੱਚ ਦਾਨ ਅਸੀਂ ਤਾਂ ਤੇਰੇ ਹੋ ਗਏ ਨੀੜੀਏ ਤੇ ਤੇਰੇ ਦਿਲ ਦੀਆ ਬੋਲਾਈ ਜਾਣੇ ਆਖੇ ਲੱਗ ਜਾ ਅੱਖੇ ਲੱਗ ਜਾ ਮੰਨ ਲੈ ਹਾਈ ਨੀ ਫਕਰਾਂ ਦੇ ਕਹਿਣੇ ਅੱਖੇ ਲੱਗ ਜਾ ਅੱਖੇ ਲੱਗ ਜਾ ਅੱਖੇ ਲੱਗ ਜਾ ਮੰਨ ਲੈ ਹਾਈ ਨੀ ਫਕਰਾਂ ਦੇ ਕਹਿਣੇ ਇਹੇ ਜ਼ਿੰਦਗੀ ਦੇ ਦੀਵੇ ਇਹ ਜ਼ਿੰਦਗੀ ਦੇ ਦੀਵੇ ਸਦਾ ਬਲਦੇ ਨਰਣੇ ਅੱਖੇ ਲੱਗ ਜਾ 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 ਅਕੇਲਾ ਗਜੋ ਮਨ ਲੈ ਹਾਈ ਨੀ ਫਕਰ ਦੇ ਕਹਿਣੇ ਗੋਰੇ ਰੰਗ ਦੇ ਗੁਮਾਨ ਵਿੱਚ ਰੰਗ ਦੇ ਗੁਮਾਨ ਵਿੱਚ ਰੰਗ ਦੇ ਗੁਮਾਨ ਵਿੱਚ ਰੰਗ ਦੇ ਗੁਮਾਨ ਵਿੱਚ ਗੋਰੇ ਰੰਗ ਦੇ ਗਮਾਨ ਵਿੱਚ ਹੋਈ ਫੇਰੇ ਚੱਲੀ ਅੱਖ ਮਹੀਂ ਨਾ ਮਿਲ ਲੈ ਨਹੀਂ ਤਾਂ ਰਹਿ जाएंगी ਕੱਲੀ ਨੀ ਗੋ ਰੰਗ ਦੇ ਗੁਮਾਨ ਵਿੱਚ ਹੋਈ ਫਿਰੇ ਚੱਲੀ ਅੱਖ ਮਹੀਂ ਮਿਲ ਲੈ ਨਹੀਂ ਤਾਂ ਰਹਿ ਜਾਏਗੀ ਕੱਲੀ ਬਾਜ ਇਸ਼ਕੇ ਦੇ ਨਿਸਜ ਦੇਨਾ ਇਸ਼ਕੇ ਦੇ ਸਜ ਦੇਨਾ ਹੁਸਨਾ ਦੇ ਗਣੇ ਹੇ ਲਗਜ ਮਨ ਲੈ ਹਾਈ ਨੀ ਫਕਰਾ ਦੇ ਕਹਿਣੇ ਬਾਤ ਖੂ ਬਾਤ ਖੂ ਬਾਤ ਖੂ ਜੀ ਮਜ਼ਾ ਆ ਗਿਆ ਗੀਤ ਸੁਣ ਕੇ ਯੂਨੀਵਰਸਿਟੀ ਦੀ ਯਾਦ ਤਾਜ਼ਾ ਹੋ ਗਈ ਸੋ ਅ ਅਕਟਰਪਾ ਜੀ ਵੈਸੇ ਤਾਂ ਤੁਹਾਡੇ ਨਾਲ ਮੁਲਾਕਾਤ ਘੰਟਿਆਂ ਵੱਧੀ ਵੀ ਚੱਲਦੀ ਜਾਏ ਤਾਂ ਥੋੜੀ ਹੈ ਅ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਗੱਲ ਆਉਂਦੀ ਹੈ ਤੁਸੀਂ ਸੰਗੀਤ ਘਰਾਣੇ ਦੇ ਵਿੱਚ ਹੋ ਕੇ ਪਰਿਵਾਰਿਕ ਬੰਧਨਾਂ ਤੋਂ ਜਦੋਂ ਆਜ਼ਾਦ ਹੋਏ ਭਾਵੇਂ ਕਿ ਉਹ ਛੋਟੇ ਭਰਾ ਦਾ ਸੰਸਾਰ ਤੋਂ ਜਾਣ ਤੋਂ ਬਾਅਦ ਦੀ ਗੱਲ ਸੀ ਖੁੱਲੀ ਤੁਹਾਨੂੰ ਇੱਕ ਭੈਣਾਂ ਭਰਾਵਾਂ ਦੇ ਵੱਲੋਂ ਇਜਾਜ਼ਤ ਮਿਲੀ ਕਿ ਤੁਸੀਂ ਇਸ ਪ੍ਰੋਫੈਸਰ ਨੂੰ ਅਡਾਪਟ ਕਰ ਸਕਦੇ ਹੋ ਕਿੰਨੀਆਂ ਕੈਸੇਟਸ ਤੁਸੀਂ ਹੁਣ ਤੱਕ ਕੀਤੀਆਂ ਨੇ ਤੇ ਕੀ ਤੁਹਾਡਾ ਅੰਤਰਰਾਸ਼ਟਰੀ ਪ੍ਰਸਿੱਧੀ ਜਾਂ ਪੱਧਰ ਦੇ ਉੱਤੇ ਤੁਹਾਡੀਆਂ ਜਿਹੜੀਆਂ ਪਰਫਾਰਮੈਂਸਿਸ ਰਹੀਆਂ ਨੇ ਜਿੱਦਾਂ ਕਿ ਬਾਲੀਵੁੱਡ ਦੇ ਵਿੱਚ ਤੁਹਾਡੀ ਇੱਕ ਬਹੁਤ ਹੀ ਫੇਵਰਿਟ ਸੌਂਗ ਸੀ ਜੀ ਤੁਝ ਯਾਦ ਨਾ ਮੇਰੀ ਆਏ ਕਿਸੇ ਸੇ ਅਬ ਕੀ ਕਹਿਣਾ ਸੋ ਇਸ ਲੈਵਲ ਤੱਕ ਆਉਣ ਦਾ ਮੁਕਾਮ ਕਿਵੇਂ ਰਹਾ ਕੁਝ ਜੀ ਇਹ ਮੁਕਾਮ ਤਾਂ ਗਾਇਕੀ ਸ਼ੁਰੂ ਕਰਨ ਤੋਂ ਪਹਿਲਾਂ ਹਾਸਲ ਹੋਇਆ ਲਤਾ ਜੀ ਤੋਂ ਅਵਾਰਡ ਮਿਲਿਆ ਇੱਕ ਪ੍ਰੋਗਰਾਮ ਆਉਂਦਾ ਸੀ ਟੀਵੀ ਦੇ ਉੱਤੇ ਮੇਰੀ ਆਵਾਜ਼ ਸੁਨੋ ਕੰਪੀਟੀਟ 스타 ਪਲਸ ਤੇ ਹਾਂਜੀ ਜਿੱਦਾਂ ਹੁਣ ਅੱਜ ਤਾਂ ਬਹੁਤ ਕੰਪੀਟੀਸ਼ਨ ਚੱਲ ਰਹੇ ਨੇ ਉਸ ਵੇਲੇ ਹਲੇ ਥੋੜੇ ਥੋੜੇ ਪ੍ਰੋਗਰਾਮ ਸ਼ੁਰੂ ਹੋਏ ਸੀ ਤੇ ਇਹ ਜਿਹੜਾ ਪ੍ਰੋਗਰਾਮ ਸੀ ਇਹਦੇ ਵਿੱਚ ਪਹਿਲਾ ਮੈਗਾ ਫਾਈਨਲ ਜਿਹੜਾ ਸੁਨੀਦੀ ਚੋਹਾਨ ਨੇ ਜਿੱਤਿਆ ਸੀ ਛੋਟੀ ਜੀ ਬੱਚੀ ਨੇ ਹੁਣ ਤਾਂ ਉਹ ਅੱਜਕੱਲ ਫਿਲਮਾਂ ਦੇ ਵਿੱਚ ਸਟਾਰ ਹੈ ਸੋ ਉਸ ਪ੍ਰੋਗਰਾਮ ਦੇ ਵਿੱਚ ਮੈਂ ਵੀ ਇੱਕ ਕੈਸਟ ਕਰਕੇ ਉਹ ਬੰਬਈ ਭੇਜੀ ਦਿੱਤੀ ਜਿਹਦੇ ਵਿੱਚ ਮੈਂ ਗੁਲਾਮਲੀ ਸਾਹਿਬ ਦੀ ਗਜ਼ਲ ਹੰਗਾਮਾ ਹੈ ਕਿਉਂ ਵਰਪਾ ਆਸ਼ਾ ਬੌਂਸਲੇ ਜੀ ਦਾ ਦਿਲ ਚੀਜ਼ ਕੀ ਹੈ ਆਪ ਮੇਰੀ ਜਾਨ ਲੀਜੀਏ ਔਰ ਰੇਸ਼ਮਾਈ ਜੀ ਦਾ ਲੰਬੀ ਜੁਦਾਈ ਹੀਰੋ ਫਿਲਮ ਦਾ ਗਾਣਾ ਉਹ ਮੈਂ ਆਪਣੇ ਅੰਦਾਜ਼ ਵਿੱਚ ਰਿਕਾਰਡ ਕਰਕੇ ਭੇਜ ਦਿੱਤਾ ਉਸ ਤੋਂ ਬਾਅਦ ਉਹਨਾਂ ਦਾ ਮੈਨੂੰ ਸਾਲ ਬਾਅਦ ਮੈਸੇਜ ਆਇਆ ਕਿ ਤੁਸੀਂ ਤੁਹਾਡੀ ਇਸ ਆਡੀਸ਼ਨ ਦੇਣ ਵਾਸਤੇ ਤੁਸੀਂ ਸਿਲੇਕਟਡ ਹੋ ਤੇ ਮੈਂ ਜਾਣ ਲਈ ਤਿਆਰ ਨਹੀਂ ਹੋ ਰਹੀ ਸੀ ਕਿਉਂਕਿ ਬੱਚੇ ਬੜੇ ਛੋਟੇ ਛੋਟੇ ਸੀ ਹਲੇ ਤੇ ਹਸਬੈਂਡ ਤੁਹਾਨੂੰ ਪਤਾ ਹੀ ਹੈ ਤੁਸੀਂ ਜਾਣਦੇ ਹੋ ਉਹਨਾਂ ਦੀ ਨੇਚਰ ਤੇ ਉਹਨਾਂ ਨੇ ਮੈਨੂੰ ਬਹੁਤ ਮਤਲਬ ਹਲਾਸ਼ੀਰੀ ਦਿੱਤੀ ਕਿ ਨਹੀਂ ਤੈਨੂੰ ਜਾਣਾ ਚਾਹੀਦਾ ਜੇ ਤੇਰੀ ਸਿਲੈਕਸ਼ਨ ਹੋਈ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਅ ਕਿਉਂਕਿ ਮੈਨੂੰ ਚੈਲੰਜ ਵੀ ਕਰਦੇ ਰਹਿੰਦੇ ਸੀ ਕਿ ਇਹੋ ਜੀਆਂ ਥਾਵਾਂ ਤੇ ਜਾਣਾ ਮੁਸ਼ਕਿਲ ਹੈ ਸੋ ਮੈਂ ਗਈ ਉੱਥੇ ਬਾਂਬੇ ਜਦੋਂ ਤੁਹਾਡੀ ਧਿਆਨ ਨਾਲ ਪਹਿਲੀ ਵਾਰੀ ਮੈਂ ਉੱਥੇ ਸਿਲੈਕਸ਼ਨ ਹੋ ਗਈ ਬਹੁਤ ਪਿਆਰ ਦਿੱਤਾ ਪਾਵਮਿਲਾ ਚੋਪੜਾ ਜੀ ਨੇ ਸੰਜੀਵ ਖੋਲੀ ਜੀ ਮਦਨ ਮੋਹਨ 뮤ਜ਼ਿਕ ਡਾਇਰੈਕਟਰ ਬਹੁਤ ਹਾਲਾ 뮤ਜ਼ਿਕ ਡਾਇਰੈਕਟਰ ਸੀ ਉਹਨਾਂ ਦੇ ਬੇਟੇ ਉਹਨਾਂ ਦੀ ਮਿਸਿਸ ਹਰ ਬਹੁਤ ਸਾਰੀਆਂ ਸ਼ਖਸੀਅਤਾਂ ਆਇਆਂ ਦੀਆਂ ਜਿਨ੍ਹਾਂ ਨੇ ਆਡੀਸ਼ਨ ਲਿਆ ਤੇ ਉਸ ਵੇਲੇ ਮੈਂ ਜਾਣਦੀ ਨਹੀਂ ਸੀ ਕਿਸੇ ਨੂੰ ਵੀ ਇੰਡਸਟਰੀ ਦੇ ਵਿੱਚ ਪਾਵਮਿਲਾ ਚੋਪੜਾ ਜੀ ਨੂੰ ਮੈਨੂੰ ਨਹੀਂ ਸੀ ਪਤਾ ਕੌਣ ਨੇ ਪਰ ਉਹ ਯਸ਼ ਚੋਪੜਾ ਜੀ ਦੇ ਮਿਸਿਸ ਸੀ ਇਹਨੀ ਮਹਾਨ ਸ਼ਖਸੀਅਤ ਤਾਂ ਉਹਨਾਂ ਨੇ ਜਦੋਂ ਮੇਰਾ ਲੰਬੀ ਜਦਾਈ ਗਾਣਾ ਸੁਣਿਆ ਤੇ ਬਹੁਤ ਐਪਰੀਸ਼ੀਏਟ ਕੀਤਾ ਸੋ ਉਸ ਗਾਇਕੀ ਤੋਂ ਬਾਅਦ ਲਤਾ ਜੀ ਨੇ ਮੈਨੂੰ ਸੁਣਿਆ ਔਰ ਮੈਨੂੰ ਅਵਾਰਡ ਦਿੱਤਾ ਲਤਾ ਜੀ ਨੇ ਸਟੇਜ ਤੇ ਆ ਕੇ ਵੀ ਕਿਹਾ ਕਿ ਆਪ ਬਹੁਤ ਅੱਛਾ ਗਾਤੇ ਹੋ ਫਿਰ ਹਫਤੇ ਬਾਅਦ ਮੈਨੂੰ ਪਾਵेला ਚੋਪੜਾਈ ਦਾ ਫਿਰ ਫੋਨ ਆ ਗਿਆ ਕਿ ਮਨਪੇ ਜੀ ਆਪਕਾ ਮੁਕਾਮ ਉਹ ਨਹੀਂ ਥਾ ਆਪਕਾ ਜੋ ਮੁਕਾਮ ਹੈ ਉਸ ਮੁਕਾਮ ਤੇ ਹਮ ਆਪਕੋ ਬੁਲਾ ਰਹੇ ਹਾਂ ਮੈਂ ਕਿਹਾ ਜੀ ਦੱਸੋ ਕਹਤੇ ਕਰਨ ਜੋਰ ਫਿਲਮ ਬਣਾਉਣ ਜਾ ਰਹੀ ਹੈ ਮੇਰੇ بیٹے ਦਾ دوست ਹੈ ਜੀ ਮੈਨੂੰ ਉਹਨਾਂ ਬਾਰੇ ਵੀ ਕੋਈ ਪਤਾ ਨਹੀਂ ਸੀ ਮੈਂ ਬਿਲਕੁਲ ਹੀ ਅਨਜਾਨ ਬੰਦਾ ਕਹਿੰਦੇ ਜੀ ਮੈਂ ਕਿਹਾ ਅੱਛਾ ਜੀ ਕਹਿੰਦੇ ਉਹ ਯਸ਼ ਜੋਹਰ ਜੀ ਦੇ بیٹے ਨੇ ਕਰਨ ਜੋਹਰ ਉਹ ਫਿਲਮ ਬਣਾ ਰਹੇ ਨੇ ਉਹਦੇ ਵਿੱਚ ਤੁਹਾਨੂੰ ਗਾਉਣ ਦਾ ਮੌਕਾ ਮਿਲ ਰਿਹਾ ਤੇ ਆਜੋ ਫਟਾਫਟ ਮੈਂ ਕਿਹਾ ਜੀ ਕਿੰਨੀ ਤਰੀਕ ਨੂੰ ਕਹਿੰਦੇ ਬਸ ਇਹ ਹੀ ਦੋ ਤਿੰਨ ਦਿਨ ਮੈਂ ਕਿਹਾ ਜੀ ਫਿਰ ਮੈਂ ਦੋ ਤਿੰਨ ਦਿਨ ਤਾਂ ਮੈਂ ਕਿਉਂਕਿ ਦਾਦਰ ਐਕਸਪ੍ਰੈਸ ਚ ਗਈ ਸੀ ਉਹਦੇ ਵਿੱਚ ਤਾਂ ਵੈਸੇ ਹੀ ਤਿੰਨ ਚਾਰ ਦਿਨ ਬੰਬੇ ਜਾਂਦੇ ਲੱਗੇ ਹਾਂ ਜੀ ਉਸ ਵੇਲੇ ਪਤਾ ਹੀ ਕੁਝ ਨਹੀਂ ਸੀ ਤਾਂ ਉਹ ਕਹਿੰਦੇ ਵੀ ਨਹੀਂ ਤੁਸੀਂ ਜਹਾਜ਼ ਨਾਲ ਹੀ ਮੈਂ ਕਿਹਾ ਜੀ ਮੈਂ ਉੱਡ ਕੇ ਆ ਸਕਦੀ ਹਾਂ ਕਹਿੰਦੇ ਹਾਂ ਉੱਡ ਕੇ ਆ ਜਾਓ ਚਲੋ ਜੀ ਉਹਨਾਂ ਨੇ ਫਿਰ ਬਾਅਦ ਮੈਨੂੰ ਉੱਥੇ ਬੁਲਾਇਆ ਖੈਰ ਮੈਨੂੰ ਬਹੁਤ ਅੱਛਾ ਲੱਗਿਆ ਉਹਨਾਂ ਨੇ ਮੇਰਾ ਬਹੁਤ ਪਿਆਰ ਕੀਤਾ ਜਤਨ ਲਾਲਿਤ ਹਣਾ ਹੁੰਦਾ ਮਿਊਜ਼ਿਕ ਸੀ ਉਹਨਾਂ ਨੇ ਵੀ ਬੜਾ ਹੀ ਰਿਗਾਰਡ ਦਿੱਤਾ ਕਿਉਂਕਿ ਜਤਨ ਲਾਲਿਤ ਹੁਣੀ ਵੀ ਇੱਕ ਐਪੀਸੋਡ ਦੇ ਵਿੱਚ ਮੇਰੇ ਜੱਜ ਬਣੇ ਸੀ ਅਦੇ ਸ਼੍ਰੀ ਵਾਸਤਵ ਬਣੇ ਸੀ ਤੇ ਉਥੇ ਬਹੁਤ ਹੀ 우ਸਤਾਦ ਗਵਈਏ ਆਲਾ ਦਰਜੇ ਦੇ ਪ੍ਰਵੀਨ ਸੁਲਤਾਨਾ ਜੀ ਵੀ ਹਾਂਜੀ ਹਰੀ ਹਰਨ ਜੀ ਪ੍ਰਵੀਨ ਸੁਲਤਾਨਾ ਜੀ ਮਤਲਬ ਜਿਨਨੇ ਮਹਾਨ ਕਲਾਕਾਰ ਤੇ ਮਹਾਨ ਆਰਟਿਸਟ ਤੇ ਮਹਾਨ ਐਕਟਰ ਐਕਟਰਸ ਤੇ ਪ੍ਰੋਡਿਊਸਰ ਡਾਇਰੈਕਟਰ ਸਾਰੇ ਉਥੇ ਸੀ ਉਥੇ ਇੱਕ ਵਾਰੀ ਤਾਂ ਤੜਥੱਲੀ ਮਚ ਗਈ ਸੀ ਮੈਨੂੰ ਪਾਵਮਿਲਾ ਜੀ ਨੇ ਕਿਹਾ ਕਿ ਮਨਪੀਤ ਜੀ ਆਪਨੇ ਯਹਾਂ ਧੂਮ ਮਚਾਦੀ ਹੈ ਅਬ ਆ ਜਾਓ ਬੰਬੇ ਵਿੱਚ ਛਾ ਜਾਓ ਰਿਕਾਰਡ ਹੋ ਗਿਆ ਗਾਣਾ ਜੀ ਤੁਸੀਂ ਗਾਇਆ ਜੀ ਸਾਡੇ ਦਰਸ਼ਕਾਂ

The will किसी से अब क्या कहना तुझे याद न मेरी आई किसी से अब क्या दिल रोया के आंख भर आई दिल रोया के आंख भर आई किसी से अब क्या तुझे याद न मेरी आई किसी से अब ਕਿਆ ਕੇ ਗਿਨਾ ਬਾਤ ਬਾਤ ਨੂੰ ਮਜ਼ਾ ਆਇਆ ਜੀ ਦਰਸ਼ਕਾਂ ਦੇ ਲਈ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ ਮਨਪ੍ਰੀਤ ਅਖਤਰ ਜੀ ਇੱਕ ਵੈਲ ਕੁਆਲੀਫਾਈਡ 뮤ਜ਼ਿਕ ਟੀਚਰ ਨੇ ਲੈਕਚਰਰ ਨੇ ਇੱਕ ਹਾਈ ਸਕੂਲ ਦੇ ਵਿੱਚ ਔਰ ਗਿਆਨੀ ਸੀਨੀਅਰ ਸਕੂਲ ਸੀਨੀਅਰ ਸਕੂਲ ਦੇ ਵਿੱਚ ਮਾਡਲ ਟਾਊਨ ਪਟਿਆਲਾ ਗਿਆਨੀ ਤੋਂ ਬਾਅਦ ਗ੍ਰੈਜੂਏਸ਼ਨ ਦੇ ਨਾਲ ਨਾਲ ਉਹਨਾਂ ਨੇ ਐਮਏ ਐਮਫਲ ਐਮਐਡ 뮤ਜ਼ਿਕ ਦੇ ਵਿੱਚ ਕੀਤੀ ਹੈ ਜੀ ਜੀ ਬੀਐਡ ਵੀ ਕੀਤੀ ਹੈ ਸੋ ਹੁਣ ਇੱਕ ਪੀਐਚਡੀ ਤੁਹਾਡੀ ਰਹਿ ਗਈ ਉਹ ਤੁਸੀਂ ਕਰ ਰਹੇ ਹੋ ਬਹੁਤ ਖੂਬ ਔਰ ਸਾਡੀਆਂ ਸ਼ੁਭ ਕਾਮਨਾਵਾਂ ਵਾ ਕਿ ਜਲਦੀ ਡਾਕਟਰ ਮਨਪ੍ਰੀਤ ਅਖਤਰ ਕੈਨ ਦਾ ਸਾਨੂੰ ਮੌਕਾ ਮਿਲ ਜਾਵੇਗਾ ਸਾਡੀਆਂ ਸ਼ੁਭ ਕਾਮਨਾਵਾਂ ਅਖਤਰ ਜੀ ਇੱਕ ਸਵਾਲ ਅਕਸਰ ਉੱਠਦਾ ਹੈ ਔਰ ਸਾਡੇ ਸਰੋਤੇ ਵੀ ਇਸ ਦੁਬਦਾਰ ਨੂੰ ਦੂਰ ਕਰਨ ਦੇ ਵਿੱਚ ਲੱਗੇ ਰਹਿੰਦੇ ਨੇ ਕਿ ਗਾਇਕ ਬਹੁਤ ਨੇ ਪੰਜਾਬ ਦੇ ਵਿੱਚ ਵੈਸੇ ਤਾਂ ਹੁਣ ਵਿਦੇਸ਼ਾਂ ਦੇ ਵਿੱਚ ਵੀ ਗਾਇਕਾਂ ਦਾ ਆਉਣ ਜਾਣ ਦਾ ਰੁਝਾਨ ਵਧੇ ਹੀ ਹੋਇਆ ਹੈ ਇੱਕ ਕਹਾਵਤ ਮਸ਼ਹੂਰ ਹੋਈ ਸੀ ਪੰਜਾਬ ਦੇ ਵਿੱਚ ਕਿ ਜਿੰਨੇ ਲੁਧਿਆਣੇ ਦੇ ਵਿੱਚ ਭਈਏ ਉਦੋਂ ਵੱਧ ਗਵਈਏ ਮਾੜੀ ਗੱਲ ਹੈ ਆਉਣਾ ਜਾਣਾ ਬਣਿਆ ਰਹਿੰਦਾ ਪਰ ਐਜੂਕੇਸ਼ਨ ਇੱਕ ਗਾਇਕ ਦੇ ਵਿੱਚ ਪਾਰਟਿਕੂਲਰਲੀ ਸਿੰਗਿੰਗ ਦੇ ਵਿੱਚ ਕੀ ਮਾਇਨੇ ਰੱਖਦੀ ਹੈ ਐਜੂਕੇਸ਼ਨ ਜਿਹੜੀ ਹੈ ਉਹਦਾ ਹਰ ਪੱਖ ਦੇ ਵਿੱਚ ਇਨਸਾਨ ਦੇ ਆਪਣਾ ਇੱਕ ਵੱਖਰਾ ਰੋਲ ਹੈ ਉਹ ਤਾਂ ਆਪਾਂ ਸਾਰੇ ਹੀ ਮੰਨਦੇ ਆ ਪਰ ਜਿੱਥੋਂ ਤੱਕ ਗਵਈਏ ਦਾ ਸਵਾਲ ਹੈ ਉਹਦੇ ਵਿੱਚ ਮੈਂ ਸਮਝਦੀ ਹਾਂ ਕਿ ਜੇ ਗਵਈਆ ਐਜੂਕੇਟਿਡ ਹੈ ਉਹਨੂੰ ਪਤਾ ਹੈ ਕਿ ਮੈਂ ਕਿਵੇਂ ਪਹਿਲੀ ਗੱਲ ਗਵਈਏ ਦਾ ਫਰਜ਼ ਇਹ ਹੈ ਕਿ ਉਹ ਸ਼ੁੱਧ ਬੋਲੇ ਸਭ ਤੋਂ ਪਹਿਲੇ ਜਿਹੜੇ ਜ਼ਮਾਨਿਆਂ ਦੇ ਵਿੱਚ ਗਵਈਏ ਹੁੰਦੇ ਸੀ ਉਹਨਾਂ ਦੇ ਵੱਲ ਲੋਕ ਮੂੰਹ ਚੱਕ ਕੇ ਦੇਖਦੇ ਸੀ ਕਿਉਂਕਿ ਅਨਪੜ ਲੋਕ ਸੀ ਔਰ ਉਹਨਾਂ ਲੋਕਾਂ ਉਹ ਬੁੱਧੀਜੀਵੀ ਹੁੰਦੇ ਸੀ ਜਿਹੜੇ ਵੀ ਗਵਈਏ ਹੁੰਦੇ ਸੀ ਪਰਪੱਕ ਹੋ ਕੇ ਉਹ ਗੋਣਾ ਸ਼ੁਰੂ ਕਰਦੇ ਸੀ ਮੰਚ ਤੇ ਆਉਂਦੇ ਸੀ ਤਾਂ ਉਹ ਜਿਹੜੇ ਸੀ ਸ਼ੁੱਧ ਪੰਜਾਬੀ ਵੀ ਬੋਲਦੇ ਸੀ ਹਰ ਗੱਲ ਦੇ ਵਿੱਚ ਉਹਨਾਂ ਦੇ ਸ਼ੁੱਧ ਤਾਂ ਹੁੰਦੀ ਸੀ ਜੇ ਗਾਇਕੀ ਨੂੰ ਸ਼ੁੱਧ ਤੌਰ ਤੇ ਨਹੀਂ ਗਾਉਂਦੇ ਤਾਂ ਸਮਝੋ ਉਹ ਪਰਪੱਕ ਗਵਈਆ ਨਹੀਂ ਤਾਂ ਅੱਜ ਦੇ ਮੇਰਾ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਉਹਦੇ ਵਿੱਚ ਮੈਂ ਤੁਹਾਡੇ ਨਾਲ ਇਸ ਗੱਲ ਦਾ ਜਵਾਬ ਦੇਣਾ ਮੁਨਾਸਬ ਸਮਝਦੀਆਂ ਕਿ ਜਿੰਨੀ ਦੇਰ ਤੱਕ ਕੋਈ ਵੀ ਇਨਸਾਨ ਇੱਕ ਵਧੀਆ ਇਨਸਾਨ ਨਹੀਂ ਜਿੰਨੀ ਦੇਰ ਤੱਕ এডਿਕੇਸ਼ਨ ਲੈ ਕੇ ਉਸਨੇ ਉਸ এডਿਕੇਸ਼ਨ ਤੇ ਅਮਲ ਨਹੀਂ ਕੀਤਾ ਔਰ ਉਸ এডਿਕੇਸ਼ਨ ਦੇ ਵਿੱਚ ਉਹ ਪਰਪੱਕ ਨਹੀਂ ਹੈਗਾ ਔਰ ਉਹ ਜਿਹੜੀ ਲੈਂਗੁਏਜ ਹੈਗੀ ਆਈਆ ਜੋ ਅਸੀਂ ਸਿੱਖਿਆ ਹੈਗਾ ਜੇ ਉਹਦੇ ਤੇ ਸਾਡੀ ਮੁਹਾਰਤ ਨਹੀਂ ਹੈਗੀ ਔਰ ਸਾਨੂੰ ਐਟੀਕੇਟਸ ਨਹੀਂ ਸਾਨੂੰ ਮੈਨਰਸ ਨਹੀਂ ਸਾਨੂੰ ਪਤਾ ਨਹੀਂ ਕਿ ਅਸੀਂ ਬੈਠਣਾ ਉੱਠਣਾ ਕਿਵੇਂ ਹੈ ਕਿਉਂਕਿ ਗਵਈਆ ਜਿਹੜਾ ਹੈ ਉਹ ਹਰ ਪੱਖ ਤੋਂ ਅ ਮਤਲਬ ਉਹਨੂੰ ਲੋਕ ਚਾਹੁੰਦੇ ਹੈ ਕਿ ਉਹਦੇ ਵਿੱਚ ਸਾਰਾ ਕੁਝ ਹੋਵੇ ਮੈਂ ਇਹ ਗੱਲ ਵੀ ਐਡ ਕਰਨਾ ਚਾਹਾਂਗਾ ਕਿ ਇੱਕ ਅੱਛਾ ਗਾਇਕ ਜਿਸ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਆਪਣਾ ਆਈਡਲ ਵੀ ਮੰਨਦੀ ਹੈ ਅਕਸਰ ਦੇਖਣ ਚ ਮਿਲਦਾ ਹੈ ਕਿ ਨੌਜਵਾਨ ਪੀੜ੍ਹੀ ਇੱਕ ਚੰਗੇ ਗਾਇਕ ਨੂੰ ਦੇਖ ਕੇ ਆਪਣੇ हेयर स्टाइल ਆਪਣਾ ਡਰੈਸ ਅਪ ਉਹਨਾਂ ਦੇ ਆਧਾਰ ਤੇ ਬਣਾ ਕੇ ਆਪਣਾ ਆਈਡਲ ਮੰਨ ਕੇ ਚੱਲਦੀ ਹੈ ਮਾਰਕੀਟ ਦੇ ਵਿੱਚ ਬੜੇ ਇਹੋ ਜਿਹੇ ਸਿੰਗਰ ਆਏ ਨੇ ਜਿਨ੍ਹਾਂ ਨੂੰ ਇਹੀ ਹੀ ਨਹੀਂ ਪਤਾ ਕਿ ਮੈਂ ਅਸੀਂ ਆਪਣਾ ਸਰੂਪ ਕਿਹੋ ਜਿਹਾ ਬਣਾਉਣਾ ਹੈ ਔਰ ਉਸ ਸਰੂਪ ਨੂੰ ਲੈ ਕੇ ਜਨਰੇਸ਼ਨ ਮਾਰਕੀਟ ਦੇ ਵਿੱਚ ਆਪਣਾ ਬੇਸ ਜਿਹੜਾ ਹੈ ਵੇਸ ਪੂਛਾ ਉਹੋ ਜੀ ਲਈ ਫਿਰਦੀ ਹੈ ਜਿਹੜੀ ਕਿ ਸਾਡੇ ਪੰਜਾਬੀ ਸਮਾਜ ਦੇ ਵਿੱਚ ਬਿਲਕੁਲ ਵੀ ਸੋਭਦੀ ਨਹੀਂ ਬਿਲਕੁਲ ਤੇ ਉਹ ਜਿਹੜੇ ਕਲਾਕਾਰ ਨੇ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਜਿਹੜੇ ਬੱਚੇ ਨੇ ਉਹ ਕਲਾਕਾਰ ਨੂੰ ਦੇਖਦੇ ਨੇ ਉਵੇਂ ਬਣਨਾ ਚਾਹੁੰਦੇ ਨੇ ਬਹੁਤ سارے ਕਲਾਕਾਰ ਵੰਸਵੰਨੀਆਂ ਰੰਗਬਰੰਗੀਆਂ ਪੂਛਾਂ ਜੀਆਂ ਕੱਢ ਕੇ ਅੰਗਰੇਜ਼ਾਂ ਦਾ ਵੈਸਟਰਨ ਸਟਾਈਲ ਲੈ ਕੇ ਬਹੁਤ ਕੁਝ ਕਰ ਰਹੇ ਨੇ ਬਹੁਤ ਕੁਝ ਕੀ ਹੈ ਉਹ ਸ਼ੋਸ਼ੇ ਬਾਜੀ ਹੈ ਉਹਦੇ ਵਿੱਚ ਗਾਇਕੀ ਨਹੀਂ ਹੈ ਉਹਦੇ ਵਿੱਚ ਸ਼ੋਸ਼ੇ ਬਾਜੀ ਹੈ ਸ਼ੋਸ਼ੇ ਬਾਜੀ ਦਾ ਜ਼ਮਾਨਾ ਸਦਾ ਤੋਂ ਹੀ ਰਿਆ ਹੈਗਾ ਪਰ ਸਾਡੇ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੇ ਅਸੀਂ ਉਹਨੂੰ ਸਿੱਧੇ ਰਾਹ ਤੇ ਪਾਉਣਾ ਹੈ ਉਹ ਤੁਹਾਡੀ ਗੱਲ ਦੇ ਨਾਲ ਇੱਕ ਹੋਰ ਗੱਲ ਵੀ ਜੁੜਦੀ ਹੈ ਕਿ ਕਲਾਕਾਰ ਆਪ ਗਾਣਾ ਗਾਉਂਦਾ ਕਿ ਨਸ਼ੇ ਨਹੀਂ ਕਰਨੇ ਆ ਨਹੀਂ ਕਰਨਾ ਪਰ ਆਪ ਕਹਿੰਦਾ ਮੈਂ ਸੂਟਾ ਲਾ ਕੇ ਸਟੇਜ ਤੇ ਚੜੂੰਗਾ ਮੈਨੂੰ ਤਾਂ ਗਾਇਆ ਜਾਊਗਾ ਆਪ ਕਹਿੰਦਾ ਮੈਂ ਪੈਗ ਨਹੀਂ ਲਾਉਂਦਾ ਉਹਨਾਂ ਚਿਰ ਮੈਨੂੰ ਗਾਇਆ ਨਹੀਂ ਜਾਂਦਾ ਆਪ ਕਹਿੰਦਾ ਭੋਰਾ ਫੀਮ ਦਾ ਲਿਆ ਦਿਓ ਮੈਂ ਉਹ ਗਾ ਕੇ ਫਿਰ ਖਾ ਕੇ ਉਹ ਫੇਸ ਸਟੇਜ ਤੇ ਚੜੂੰਗਾ ਜਿੰਨੀ ਦੇਰ ਤੱਕ ਤੁਸੀਂ ਆਪ ਆਦਰਸ਼ ਨਹੀਂ ਬਣਦੇ ਉਨੀ ਦੇਰ ਤੱਕ ਬੱਚਿਆਂ ਨੇ ਵੀ ਤੁਹਾਡੀ ਗੱਲ ਤੇ ਅਮਲ ਨਹੀਂ ਕਰਨਾ ਤੇ ਉਹ ਬੱਚੇ ਵੀ ਇਹੀ ਸੋਚਦੇ ਆ ਵੀ ਉਹ ਵੀ ਫਲਾਣਾ ਕਲਾਕਾਰ ਵੀ ਤੁਸੀਂ ਕਦੇ ਵੀ ਕਿਸੇ ਬੱਚੇ ਨਾਲ ਗੱਲ ਕਰਕੇ ਵੇਖ ਲਓ ਕਦੇ ਸਿੱਖਣਾ ਪਸੰਦ ਨਹੀਂ ਕਰਦਾ ਅੱਜ ਕੱਲ ਦਾ ਬੱਚਾ ਉਹ ਇਹ ਉਦਾਹਰਨ ਦਿੰਦਾ ਦੇਖੋ ਜੀ ਉਹ ਫਲਾਣੇ ਨੂੰ ਕੀ ਹੁੰਦਾ ਉਹ ਦੇਖੋ ਕਿੰਨਾ ਮੁਕਾਮ ਉਹਨੇ ਹਾਸਲ ਕੀਤਾ ਵਿਆ ਉਹਨੇ ਕੰਪਿਊਟਰ ਨਾਲ ਜੀ ਆਪਦੀ ਆਵਾਜ਼ ਠੀਕ ਕਰ ਲਈ ਉਥੋਂ ਜੀ ਜਿੱਥੇ ਬੇਸੁਰਾ ਹੋਇਆ ਸੀ ਉਥੋਂ ਉਹਨਾਂ ਨੇ ਸ਼ੁੱਧ ਕਰ ਲਿਆ ਜੀ ਉਥੇ ਉਹਨਾਂ ਨੇ 뮤직 ਪਾਤਾ ਜੀ ਤਾਂ ਇਹ ਜਿਹੜੀਆਂ ਗੱਲਾਂ ਨੇ ਇਹਦੇ ਵਿੱਚ ਬੱਚੇ ਜਿਹੜੇ ਨੇ ਉਹ ਸਿੱਖਣਾ ਪਸੰਦ ਨਹੀਂ ਕਰਦੇ ਤੇ ਇਹੀ ਕਰਨਾ ਤੁਸੀਂ ਮੈਨੂੰ ਸਵਾਲ ਕੀਤਾ ਕਿ ਜਿਹੜੇ ਗਾਇਕ ਨੇ ਉਹ ਬਹੁਤੀ ਦੇਰ ਤੱਕ ਚਿਰਸਥਾਈ ਕਿਉਂ ਨਹੀਂ ਰਹਿੰਦੇ ਚਿਰਸਥਾਈ ਰਹਿਣ ਵਾਸਤੇ ਬਹੁਤ ਕੁਝ ਤੁਹਾਡੇ ਵਿੱਚ ਮਰਿਆਦਾ ਹੋਣੀ ਤੁਹਾਨੂੰ ਇਹ ਸੋਚਣਾ ਕਿ ਮੈਂ ਰਾਤੋਂ ਰਾਤ ਸਟਾਰ ਨਹੀਂ ਬਣਨਾ ਇਹ ਜਿਹੜੀਆਂ ਗੱਲਾਂ ਨੇ ਨਾ ਇਹ ਜੇ ਤੁਹਾਡੇ ਵਿੱਚੋਂ ਹੋਣਗੀਆਂ ਨਹੀਂ ਤਾਂ ਤੁਸੀਂ ਚਿਰਸਥਾਈ ਰਹਿ ਸਕਦੇ ਹੋ ਔਰ ਜਿਹੜੇ ਉਹ ਕਲਾਕਾਰ ਰਾਤੋਂ ਰਾਤ ਸਟਾਰ ਬਣਨ ਦੇ ਸੁਪਨੇ ਲੈਂਦੇ ਨੇ ਉਹ ਲਾਈਕ ਲਿਲੀ ਫਲਾਰਸ ਨੇ ਸਵੇਰੇ ਖਿੜਦੇ ਆ ਸ਼ਾਮ ਨੂੰ ਖਤਮ ਹੋ ਜਾਂਦੇ ਆ ਉਹੀ ਕਲਾਕਾਰ ਚਿਰਸਥਾਈ ਰਹਿੰਦਾ ਹੈ ਜਿੱਦਾਂ ਦੇਖੋ ਤੁਸੀਂ ਲਤਾ ਜੀ ਨੇ ਆਸ਼ਾ ਜੀ ਨੇ ਆ ਨੂਰ ਜਾਨ ਜੀ ਚਲੇ ਗਏ ਨੇ ਹਾਂਜੀ ਰੇਸ਼ਮਾ ਜੀ ਨੇ ਆਪਣੇ ਇਧਰਲੇ ਇੰਨੇ ਹੋਰ ਕਲਾਕਾਰ ਨੇ ਜਿਹੜੇ ਸੁਖਵਿੰਦਰ ਹੈ ਜੀ ਦੇਖੋ ਕਿੰਨਾ ਪਿਆਰਾ ਸਿੰਗਰ ਹੈ ਔਰ ਉਸ ਸਿੰਗਰ ਨੇ ਆਪਦੀ ਗਾਇਕੀ ਨੂੰ ਬਰਕਰਾਰ ਰੱਖਣ ਵਾਸਤੇ ਹਮੇਸ਼ਾ ਘਾਲਣਾ ਕਾਲੀ ਹੈ ਹਾਂਜੀ ਏ ਆਰ ਰਹਿਮਾਨ ਦਾ ਨਾਂ ਦੇਖੋ ਤੁਸੀਂ ਵੀ ਨੰਗੇ ਪੈਰੀ ਮੈਂ ਉਹਦੀ ਹਿਸਟਰੀ ਪੜੀ ਕਿ ਨੰਗੇ ਪੈਰੀ ਹੀ ਚੱਲਦਾ ਗਿਆ ਉਹ ਬੰਦੇ ਦੇ ਪੈਰਾਂ ਦੇ ਵਿੱਚ ਕੋਈ ਬੂਟ ਵੀ ਨਹੀਂ ਆਉਂਦੇ ਕਿ ਉਹ ਇੰਨਾ ਮਤਲਬ ਨੰਗੇ ਪੈਰੀ ਹੀ ਉਹਨੇ ਤਪੱਸਿਆ ਕੀਤੀ ਇੰਨੀ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਇੰਨਾ ਤਪ ਕਰਕੇ ਫਿਰ ਉਹ ਚ ਸਥਾਈ ਰਹਿੰਦੇ ਨੇ ਇਸ ਕਰਕੇ ਮੈਂ ਅੱਜ ਦੇ ਜਿਹੜੀ ਪੀੜ੍ਹੀ ਹੈ ਜਿਹੜੇ ਅੱਜ ਦੇ ਬੱਚੇ ਨੇ ਅੱਜ ਦੇ ਨੌਜਵਾਨ ਨੇ ਜਿਹੜੇ ਵਨਸ ਵਨੇ ਸਟਾਈਲ ਬਣਾ ਬਣਾ ਕੇ ਪਾਟੀਆਂ ਜੀਆਂ ਜੀਨਾ ਪਾ ਕੇ ਉਜੀ ਵੀ ਉਹ ਉਹ ਤਾਂ ਕਹਿੰਦੇ ਬੜੀ ਮਹਿੰਗੀ ਐ ਮੈਂ ਕਿਹਾ ਦੇਖੋ ਤੁਹਾਨੂੰ ਲੁੱਟਣ ਵਾਲੇ ਬਹੁਤ ਬੈਠੇ ਨੇ ਤੁਸੀਂ ਲੁਟਾਈ ਖਾਣ ਵਾਲੇ ਹੋਣੇ ਚਾਹੀਦੇ ਹੋ ਤੇ ਮੈਂ ਕਿਹਾ ਬੇਟਾ ਜਿਹੜਾ ਸਫਾਈ ਖਦਾਈ ਵਾਲੇ ਕੱਪੜਾ ਪਾ ਕੇ ਤੁਸੀਂ ਵਧੀਆ ਲੱਗਦੇ ਹੋ ਨਾ ਉਹ ਫਾਟੇ ਹੋਏ ਜਾਂ ਐ ਪੁੱਛਾ ਜੀਆਂ ਕੱਢ ਕੇ ਜੈਲੀ ਲਾਲੀ ਆ ਲਾਲਿਆ ਉਹ ਲਾਲਿਆ ਉਹਦੇ ਨਾਲ ਤੁਸੀਂ ਸਟਾਰ ਨਹੀਂ ਬਣਨ ਲੱਗੇ ਸੋ ਤੁਹਾਡੇ ਵਿੱਚ ਦਮ ਖਮ ਹੋਣਾ ਚਾਹੀਦਾ ਬਹੁਤ ਬਹੁਤ ਮੈਂ ਜਿਹੜਾ ਮੇਰਾ ਅਗਲਾ ਸਵਾਲ ਸੀ ਉਹਦਾ ਜਵਾਬ ਤੁਸੀਂ ਇੱਥੇ ਹੀ ਦੇ ਦਿੱਤਾ ਆ ਇੱਕ ਅੰਤਿਮ ਸਵਾਲ ਵੱਲ ਵਧਦੇ ਹਾਂ ਪਰ ਇੱਕ ਗੱਲ ਪਿੱਛੇ ਜਵਾਬ ਰਹਿ ਗਿਆ ਸੀਗਾ ਕਿ ਤੁਹਾਡੀਆਂ ਹੁਣ ਤੱਕ ਕਿੰਨੀਆਂ ਕੈਸੇਟਸ ਆਈਆਂ ਹਾਂ ਹਾਂਜੀ ਵੀਰ ਜੀ ਇਹ ਹੈ ਕਿ ਮੈਂ ਮੈਨੂੰ ਸਾਰਿਆਂ ਦਾ ਮੇਰੇ ਨਾਲ ਵੈਸੇ ਤਾਂ ਇਹ ਸ਼ਿਕਵਾ ਰਹਿੰਦਾ ਹੈ ਕਿ ਕੈਸੇਟਸ ਤਾਂ ਮੈਂ ਕਾਫੀ ਕਰਾਈਆਂ ਨੇ ਜਿਨ੍ਹਾਂ ਦੇ ਮੈਨੂੰ ਨਾਮ ਵੀ ਨਹੀਂ ਯਾਦ ਬਹੁਤ ਸਾਰੀਆਂ ਕੈਸੇਟਾਂ ਆਉਂਦੀਆਂ ਰਹਿੰਦੀਆਂ ਨੇ ਕਿਉਂਕਿ ਮੈਂ ਗਾਣੇ ਇੱਕ ਇੱਕ ਗਾਣਾ ਤੇ ਵੱਖਰੀਆਂ ਐਲਬਮਸ ਵੀ ਕੀਤੀਆਂ ਨੇ ਪਰ ਮੈਂ ਜਿਵੇਂ ਅੱਜ ਦਾ ਦੌਰ ਹੈ ਜਿਵੇਂ ਅੱਜ ਦੇ ਦੌਰ ਦੇ ਵਿੱਚ ਟੀਵੀ ਦਾ ਜ਼ਮਾਨਾ ਹੈ ਜਿਹਦੇ ਵਿੱਚ ਪੈਸੇ ਲਾ ਕੇ ਲੋਕ ਆਪਦੀ ਐਡ ਕਰਦੇ ਆ ਉਹ ਕਰਨ ਤੋਂ ਮੈਂ ਥੋੜੀ ਜੀ ਪਿੱਛੇ ਹਾਂ ਕਿਉਂਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ ਮੈਂ ਸੱਚੀ ਜੀ ਗੱਲ ਕਰਦੀ ਆ ਮੈਂ ਆਰਥਿਕ ਤੌਰ ਤੇ ਕਬੀਲਦਾਰ ਹਾਂ ਮੇਰੇ ਬੱਚੇ ਨੇ ਮੇਰੇ ਬੱਚਿਆਂ ਦੀਆਂ ਪੜਾਈਆਂ ਨੇ ਮੈਂ ਆਪ ਲੈਕਚਰ ਆਰਾਂ ਮੈਂ ਬਹੁਤ ਚੂਜੀ ਪ੍ਰੋਗਰਾਮ ਕਰਦੀ ਆ ਮੇਰੇ ਕੋਲ ਇੰਨੀ ਖੁੱਲੀ ਕਮਾਈ ਨਹੀਂ ਔਰ ਮੈਨੂੰ ਦੁੱਖ ਵੀ ਹੁੰਦਾ ਕਿ ਮੈਂ ਜਿੱਥੇ ਕਲਾਕਾਰਾਂ ਨੂੰ ਉਹ ਲੋਕ ਪੈਸੇ ਦਿੰਦੇ ਸੀ ਅੱਜ ਉਹ ਲੋਕ ਉਹਨਾਂ ਤੋਂ ਪੈਸੇ ਲੈਂਦੇ ਨੇ ਕਿਉਂ ਕਿ ਕਲਾਕਾਰਾਂ ਦੇ ਵਿੱਚ ਦਮ ਖੰਮ ਨਹੀਂ ਹੈ ਜਿਹਦੇ ਵਿੱਚ ਦਮ ਹੁੰਦਾ ਉਹਨੂੰ ਘਰੋਂ ਬੁਲਾ ਕੇ ਵੀ ਉਹ ਲੈ ਜਾਂਦੇ ਨੇ ਤੇ ਮੇਰੀ ਵੀ ਮੇਰੇ ਹਸਬੰਦ ਵੀ ਇਹ ਗੱਲ ਕਹਿੰਦੇ ਹੁੰਦੇ ਕਿ ਜਦੋਂ ਤੇਰੀ ਕਿਸੇ ਨੂੰ ਲੋੜ ਹੁੰਦੀ ਹੈ ਨਾ ਉਹ ਜਿੱਥੋਂ ਮਰਜੀ ਤੇਰਾ ਫੋਨ ਨੰਬਰ ਪਾਇਦਾ ਕਰੇ ਉਹ ਤੈਨੂੰ ਬੰਦਾ ਲੱਭ ਲੈਂਦਾ ਜਿਹੜੇ ਬੰਦੇ ਨੂੰ ਤੈਨੂੰ ਲੱਭਣਾ ਨਹੀਂ ਉਹਨੇ ਤੇਰੇ ਕੋਲੇ ਬਹਾਨੇ ਮਾਰਨੇ ਨੇ ਕਿ ਜੀ ਆ ਸਾਨੂੰ ਪਤਾ ਨਹੀਂ ਲੱਗਿਆ ਥੋੜਾ ਫੋਨ ਨੰਬਰ ਨਹੀਂ ਮਿਲਿਆ ਜੀ ਇਹ ਨਹੀਂ ਜੀ ਉਹ ਨਹੀਂ ਜੀ ਠੀਕ ਹੈ ਜੀ ਪਰ ਮੈਂ ਇਹ ਕਹਿਨੀ ਆ ਕਿ ਜਿਹੜੇ ਜਿਹੜੀਆਂ ਕੈਸਟਾਂ ਨੇ ਉਹ ਘਟਾਉਣ ਦਾ ਕਾਰਨ ਤਾਂ ਇਹ ਹੈ ਕਿ ਮੈਂ ਟੀਵੀ ਤੇ ਘਟਾਉਣੀ ਆ ਜੀ ਪਰ ਮੈਂ ਇਹ ਵੀ ਕਹਿਨੀ ਆ ਨਾਲ ਨਾਲ ਕਿ ਜਿਹੜੇ ਬੱਚੇ ਪੈਸੇ ਲਾਲਾ ਕੇ ਇਧਰੋਂ ਜਾਂਦੇ ਨੇ ਐਨ ਆਰ ਆਈ ਮੇਰੇ ਕੋਲੇ ਬਥੇਰੇ ਜਾਂਦੇ ਨੇ ਪੈਸੇ ਲਈ ਫਿਰਦੇ ਨੇ ਮੇਰੀ ਆਦਤ ਨਹੀਂ ਠੱਗੀ ਮੈਂ ਮਾਰ ਨਹੀਂ ਸਕਦੀ ਕਿਸੇ ਨਾਲ ਇਮਾਨਦਾਰੀ ਨਾਲ ਮੈਂ ਕਹਿ ਦਿੰਨੀ ਆ ਕਿ ਬੇਟੇ ਤੇਰੇ ਵਿੱਚ ਇਹ ਕਲਾ ਹੈ ਨਹੀਂਗੀ ਜੇ ਤੂੰ ਕੋਈ ਹੋਰ ਕੰਮ ਕਰ ਲੇ ਤਾਂ ਉਹਦੇ ਵਿੱਚ ਸ਼ਾਇਦ ਤੂੰ ਪਰਪੱਕ ਹੋ ਜਵੇਂ ਤੂੰ ਅੱਗੇ ਵੱਧ ਸਕਦਾ ਤੂੰ ਤਰੱਕੀ ਕਰ ਸਕਦਾ ਸੋ ਮੇਰੇ ਐਸੈਟਸ ਨਾ ਆਉਣ ਦਾ ਰੀਜ਼ਨ ਇਹ ਵੀ ਹੈਗਾ ਕਿ ਮੈਂ ਟੀਵੀ ਦੇ ਉੱਤੇ ਜਾਂ ਹੋਰ ਜਿਹੜੇ ਇੰਨੇ ਸ਼ੋਸ਼ੇ ਕਰਨੇ ਆ ਉਹਦੇ ਵਾਸਤੇ ਮੇਰੇ ਕੋਲੇ ਬੋਤੇਲੇ ਸੋਹ ਸੈਸ ਨਹੀਂ ਪਾ ਜੀ ਤੁਸੀਂ ਸ਼ਾਇਦ ਮੇਰੇ ਇਸ ਸਵਾਲ ਨਾਲ ਵੀ ਸਹਿਮਤ ਹੋਵੋਗੇ ਕਿ ਅੱਜ ਪਾਇਰੇਸੀ ਸਿਰ ਦੇ ਉੱਤੇ ਹੈ ਸਿਰ ਮਾਰ ਹੈ ਪਾਇਰੇਸੀ ਕੋਈ ਵੀ ਅੱਛੀ ਕੈਸਟ ਮਾਰਕੀਟ ਦੇ ਵਿੱਚ ਆਉਂਦੀ ਹੈ ਤਾਂ ਉਹਦੀ ਡੁਪਲੀਕੇਟ ਪਾਇਰੇਟ ਹੋ ਕੇ YouTube ਦੇ ਉੱਤੇ ਜਾਂ ਹੋਰ 뮤זיਕ ਦੀਆਂ ਬਹੁਤ ਜ਼ਿਆਦਾ ਸਾਈਟਸ ਨੇ ਔਰ ਜਿਸ ਕਰਕੇ ਆਮ ਇੱਕ 뮤זיਕ ਕੰਪਨੀ ਵੀ ਸ਼ਾਇਦ ਪਾਸਾ ਵਟ ਗਈ ਔਰ ਇਹ ਵੀ ਕਈ ਚੀਜ਼ਾਂ ਅਪਰੂਵ ਹੋ ਗਈਆਂ ਨੇ ਕਿ ਕਈ ਅੱਛੀਆਂ 뮤זיਕ ਕੰਪਨੀਆਂ ਆਪਣਾ 뮤זיਕ ਦਾ ਕਾਰੋਬਾਰ ਬੰਦ ਕਰਕੇ ਉਹਨਾਂ ਨੇ ਕੋਈ ਹੋਰ ਧੰਦਾ ਅਪਣਾ ਲਿਆ ਅਸੀਂ ਆਪਣੇ ਦਰਸ਼ਕਾਂ ਨੂੰ ਤੇ ਸਰੋਤਿਆਂ ਨੂੰ ਹਮੇਸ਼ਾ ਹੀ ਇਹ ਗੱਲ ਦੱਸਦੇ ਰਹਿੰਦੇ ਆ ਕਿ ਚੰਗਾ ਸੰਗੀਤ ਸੁਣੋ Original uh, DVDs video cassettes ya uh, audio cassettes CDs please kharido kyunki eh keval tade layi changa sunan da madhyam hi nahi balki eh uchch padar de singers music directors sa jin de jinna da jeevan nirbah ਕੇਵਲ ਤੇ ਕੇਵਲ ਇਸ ਖੇਤਰ ਦੇ ਉੱਤੋਂ ਹੀ ਹੈ ਇਸ ਇੰਡਸਟਰੀ ਦੇ ਉੱਤੋਂ ਹੀ ਹੈ ਜੇ ਤੁਸੀਂ ਇੱਕ ਡੀਵੀਡੀ ਖਰੀਦਦੇ ਹੋ ਤਾਂ ਇੱਕ ਪਰਿਵਾਰ ਦੇ ਵਿੱਚ ਉਸ ਦਾ ਕੁਝ 파ਟ ਜ਼ਰੂਰ ਜਾਂਦਾ ਹੈ ਸੋ ਅਗਰ ਹਜ਼ਾਰਾਂ ਡੀਵੀਡੀਆਂ ਵਿਕਦੀਆਂ ਨੇ ਤਾਂ ਹਜ਼ਾਰਾਂ ਹੀ ਘਰ ਇਸ ਇੰਡਸਟਰੀ ਦੇ ਵਿੱਚ ਚੱਲਦੇ ਨੇ ਸੋ ਅਸੀਂ ਇਹ ਬੇਨਤੀ ਤੁਹਾਡੇ ਤੱਕ ਕਰਦੇ ਰਹਾਂਗੇ ਕਰਦੇ ਰਹਾਂਗੇ ਕਰਦੇ ਰਹਾਂਗੇ ਉਮੀਦ ਹੈ ਕਿ ਤੁਸੀਂ ਇਸ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰੋਗੇ ਕਿਉਂਕਿ ਸਾਡੇ ਵਿੱਚੋਂ ਸਾਡੇ ਪਰਿਵਾਰਾਂ ਦੇ ਵਿੱਚੋਂ ਅਨੇਕਾਂ ਇਹੋ ਜਿਹੇ ਨੌਜਵਾਨ ਬੱਚੇ ਜੋ ਆਉਣ ਵਾਲੀ ਪੀੜ੍ਹੀ ਦੇ ਵਿੱਚੋਂ ਜਿਨ੍ਹਾਂ ਨੇ ਹੰਸ ਰਾਜ ਹਸ ਬੜਨਾ ਹੈ ਮਨਪ੍ਰੀਤ ਅਖਤਰ ਬੜਨਾ ਹੈ ਜਹਾਂ ਨੂਰ ਜਹਾਂ ਲਤਾ ਮੰਗੇਸ਼ਕਰ ਆਸ਼ਾ ਭੌਂਸਲੇ ਵਰਗੇ ਕਲਾਕਾਰ ਉਹਨਾਂ ਦੇ ਵਿੱਚੋਂ ਹਜੇ ਆਉਣੇ ਬਾਕੀ ਨੇ ਭਾਵੇਂ ਉਹ ਮੁਕਾਮ ਹਾਸਲ ਨਾ ਕਰ ਸਕਣ ਕਿਉਂਕਿ ਉਹ ਆਵਾਜ਼ਾਂ ਉਸ ਮਾਲਕ ਦੀ ਰਹਿਮੋ ਕਰਮਤੇ ਨੇ ਪਰ ਉਹ ਵੀ ਬੱਚੇ ਉਹਨਾਂ ਤੋਂ ਘੱਟ ਨਹੀਂ ਹੋਣਗੇ ਜਿਵੇਂ ਤੁਸੀਂ ਅੰਤਕਲ ਟੀਵੀ ਤੇ ਚੱਲ ਰੇ ਲਿਟਲ ਚੈਂਪਸ ਦੇ ਵਿੱਚ ਦੇਖ ਰਹੇ ਹੋ ਉਹ ਅਜ਼ਮਤ ਇੱਕ ਉਸ ਖਿੱਤੇ ਦਾ ਕਲਾਕਾਰ ਹੈ ਜਿਸ ਖਿੱਤੇ ਦੇ ਵਿੱਚ ਸ਼ਾਇਦ ਐਜੂਕੇਸ਼ਨ ਬਹੁਤ ਕੋਹਾਂ ਦੂਰ ਹੈ ਪਰ ਉਹ ਬੱਚਾ ਆਪਣਾ ਮੁਕਾਮ ਲਈ ਬੈਠਾ ਸੋ ਅਸੀਂ ਇਹੀ ਤਾਕੀਦ ਬਾਰ-ਬਾਰ ਕਰਦੇ ਰਹਾਂਗੇ ਬਣ ਜੀ ਤੁਹਾਡੇ ਨਾਲ ਇੱਕ ਮੈਂ ਹੋਰ ਗੱਲ ਤੁਹਾਨੂੰ ਇਹਦੇ ਵਿੱਚ ਐਡ ਕਰਨਾ ਚਾਹੁੰਦੀ ਆ ਕਿ ਉਹ ਜਿਹੜਾ ਕੋਕ ਸਟੂਡੀਓ ਅੱਜਕਲ ਜਿਹਦੀ ਬਹੁਤ ਲੋਕ ਸੁਣਦੇ ਨੇ ਉਹਦਾ ਮਕਸਦ ਤੇ ਉਹਦਾ ਮਤਲਬ ਕੀ ਹੈ ਕੋਕ ਸਟੂడియో ਇੱਕ ਨਾਂ ਦੇ ਦਿੰਦਾ ਹੈ ਪਰ ਉਹਦੇ ਵਿੱਚ ਉਹੀ ਸਜੰਦੇ ਜਿਨ੍ਹਾਂ ਨੇ ਰਿਆਜ਼ ਕੀਤਾ ਹੈ ਉਹ ਪਰਪੱਕ ਕਲਾਕਾਰ ਜਿਨ੍ਹਾਂ ਕੋਲੇ ਸਵਰ ਦਾ ਗਿਆਨ ਹੈ ਜਿਹੜੇ ਐਟ ਦੀ ਸਪੌਟ ਜਿਵੇਂ ਲਤਾ ਜੀ ਹੋਣੀ ਆਸ਼ਾ ਜੀ ਹੋਣੀ ਇੱਕੋ ਵਾਰੀ ਚ ਓਕੇ ਕਰਦੇ ਸੀ ਉਸ ਵੇਲੇ ਰੀ ਟੇਕ ਜਾਂ ਉਸ ਵੇਲੇ ਦੁਬਾਰਾ ਦੁਬਾਰਾ ਥੋੜੀ ਗਾਣੇ ਰਿਪੀਟ ਕੀਤੇ ਜਾਂਦੇ ਸੀ ਇੱਕੋ ਵਾਰੀ ਚ ਸਾਰੇ ਗਾਣੇ ਨੂੰ ਪੂਰਾ ਕਰਦੇ ਸੀ ਤੇ ਅੱਜ ਵੀ ਉਹ ਕੋਕ ਸਟੂਡੀਓ ਵਿੱਚ ਉਹ ਇਹੀ ਦਿਖਾ ਰਹੇ ਨੇ ਕਿ ਆਹ ਕਲਾਕਾਰ ਸਿੱਖਿਆ ਹੋਇਆ ਇਹ ਗਾਰਿਆ ਹੈਗਾ ਮੈਂ ਰਿਚਾ ਸ਼ਰਮਾ ਨੂੰ ਸੁਣਿਆ ਮੈਂ ਅ ਸ਼ੰਕਰ ਮਹਾਦੇਵਨ ਜੀ ਨੂੰ ਸੁਣਿਆ ਬਹੁਤ ਸਾਰੇ ਸਾਡੇ ਕਲਾਕਾਰ ਨੇ ਆਰਫ ਲੋ ਆਰ ਉਹਨਾਂ ਦੀ ਜੁਗਨੀ ਸਾਈ ਜ਼ਹੂਰ ਕੀ ਬਾਤ ਹੈ ਜੀ ਉਹਨਾਂ ਦੀ ਹਾਂ ਬਹੁਤ ਖੂਬ ਬਹੁਤ ਖੂਬ ਉਹਨਾਂ ਕਲਾਕਾਰਾਂ ਨੂੰ ਜਦੋਂ ਸੁਣਦੇ ਆ ਤੇ ਮੈਂ ਫਿਰ ਬੱਚਿਆਂ ਨੂੰ ਕਿਹਾ ਮੈਂ ਕਿਹਾ ਬੇਟੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਕੋਈ ਨਵੀਂ ਆਜ਼ਾਦ ਕੀਤੀ ਹੋਈ ਚੀਜ਼ ਹੈ ਇਹ ਤੁਹਾਡੇ ਵਰਗੇ ਜਿਹੜੇ ਡੈਡ ਤੇ ਗਉਣ ਵਾਲੇ ਜਾਂ ਜਿਹੜੇ ਸਿੱਖਣਾ ਨਹੀਂ ਚਾਹੁੰਦੇ ਜਾਂ ਜਿਹੜੇ ਸਿੱਖ ਕੇ ਨਹੀਂ ਆਉਂਦੇ ਕਲਾਕਾਰ ਉਹਨਾਂ ਨੂੰ ਸੁਣਦੇ ਐ ਇਹ ਉਹ ਤੁਹਾਡੇ ਕੰਨਾਂ 'ਚ ਪਾਉਣਾ ਚਾਹੁੰਦੇ ਐ ਕਿ ਰਿਆਜ਼ ਕਰਨ ਵਾਲਾ ਕਿਵੇਂ ਇੱਕੋ ਵਾਰੀ 'ਚ ਸਾਰੀ ਗੱਲ ਨੂੰ ਦੱਸ ਜਾਂਦਾ ਔਰ ਇੱਕੋ ਟੇਕ 'ਚ ਓਕੇ ਕਰਦਾ ਮੈਂ ਕਹਾਂ ਇਹ ਉਹ ਪਰਫਾਰਮੈਂਸ ਐ ਉਹਨਾਂ ਦੀ ਬਹੁਤ ਅੱਛੀ ਰਿਪਰੈਜ਼ੈਂਟੇਸ਼ਨ ਐ ਜੀ ਉਸ ਕੋਕ ਸਟੂਡੀਓ ਦੀ ਏਸ ਫੀਲਡ ਦੇ ਵਿੱਚ ਅਸੀਂ ਇਸਰਾਨਾ ਕਰਦੇ ਆਂ ਔਰ ਮੈਂ ਉਹਨੂੰ ਬਹੁਤ ਸਰਾਨਾ ਕਰਦੀ ਆਂ ਬਿਲਕੁਲ ਬਹੁਤ ਐਪਰੀਸ਼ੀਏਟ ਕਰਦੀ ਆਂ ਔਰ ਮੈਂ ਵੀ ਚਾਹੁੰਦੀ ਆ ਕਿ ਮੈਂ ਅ ਅੱਗੇ ਤੋਂ ਮਤਲਬ ਜਦੋਂ ਕਦੇ ਵੀ ਮੈਨੂੰ ਮੌਕਾ ਮਿਲੇ ਤਾਂ ਮੈਂ ਕੋਕ ਸਟੂడియో ਦੇ ਵਿੱਚ ਜਾ ਕੇ ਆਪਣੀ ਪਰਫਾਰਮੈਂਸ ਦੇਵਾਂ ਮੇਰੀ ਇਹ ਕੋਸ਼ਿਸ਼ ਹੈਗੀ ਆ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਅਸੀਂ ਤੁਹਾਨੂੰ ਜਲਦੀ ਹੀ ਕੋਕ ਸਟੂడియో ਦੇ ਵਿੱਚ ਇੱਕ ਰਿਕਾਰਡਿੰਗ ਦੇ ਜ਼ਰੀਏ ਦੇਖੀਏ ਭਾਂਜੀ ਜਾਣਦੇ ਜਾਂਦੇ ਜੀ ਅ ਤੁਸੀਂ ਦਿਲਸ਼ਾਦ ਖੋਣਾ ਦਾ ਮਿਰਜ਼ਾ ਵੀ ਗਾਇਆ ਜੀ ਸੰਦੇਸ਼ ਤੁਸੀਂ ਪਹਿਲਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਦੇ ਚੁੱਕੇ ਹੋ ਸੋ ਅਸੀਂ ਇਸ ਇੰਟਰਵਿਊ ਨੂੰ ਅੱਜ ਵੈਸੇ ਤਾਂ ਨਾ ਮੁਕਣ ਵਾਲੀ ਇੰਟਰਵਿਊ ਹੈ ਇਹ ਜਦੋਂ ਵੀ ਤੁਸੀਂ ਆਉਂਦੇ ਰਹੋ ਤੁਹਾਡੇ ਨਾਲ ਕੁਝ ਸਮਾਂ ਲਾਉਂਦੇ ਰਹਾਂਗੇ ਪਰ ਇਸ ਨੂੰ ਆਪਾਂ ਅੰਤਮ ਪੜਾਵ ਲੈ ਚੱਲੀਏ ਸੋ ਮਿਰਜ਼ੇ ਦੇ ਨਾਲ ਅਸੀਂ ਅੱਜ ਦੀ ਇਸ ਇੰਟਰਵਿਊ ਨੂੰ ਸਮਾਪਤ ਕਰਾਂਗੇ ਹਾਂਜੀ ਇੱਕ ਮਿਰਜ਼ਾ ਮੇਰੇ ਫਾਦਰ ਸਾਹਿਬ ਜਿਹੜਾ ਗਾਉਂਦੇ ਸੀ ਉਹ ਮੈਂ ਢਾਈਏ ਦੇ ਵਿੱਚ ਤੁਹਾਡੀ ਨਜ਼ਰ ਕਰ ਰਹੀ ਹਾਂ ਮੇਰੇ ਸਰੋਤਿਆਂ ਦੀ

ਬੰਦੀਆਂ ਤੇ ਬੁਰੀ ਪੁੱਤਾਂ ਪਾਈਆਂ ਦੀ ਪੀੜ ਓ ਪੁੱਤਰ ਮੋਏ ਨੇ ਪੁੱਲ ਦੇ ਤੇ ਭਾਵੇਂ ਹੋ ਕੇ ਮਰਨ ਫਕੀਰ ਹੋ ਖਾ ਖਲਿਆ ਨਹੀਂ ਰਹਦਾ ਨੀਰ ਉਹ ਪੈਣਾ ਕਦੋਂ ਨੇ ਜੋ ਦਿਓ ਤੇ ਵਿਛੜ ਜਾਣ ਜਿਨਾ ਦੇ ਵੀਰ ਹਾਏ ਵਿਛੜ ਜਾਣ ਜਿਨਾ ਦੇ ਵੀਰ ਹੋ 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 ਸਿਆਣ ਕੇ ਪੁੱਤ ਦੀ ਲੋਥ ਨੂੰ ਹਾ ਸਿਆਣ ਕੇ ਪੁੱਤ ਦੀ ਲੋਥ ਨੂੰ ਵਿੰਜੜ ਪੱਟਾਂ ਤੇ ਲਵੇ ਟਕਾ ਓ ਜੱਟ تیਰੀ ਵਿੰਨਿਆ ਵੇਖ ਕੇ ਹਾਏ ਤੇਰੀ ਵਿਨਿਆ ਵੇਖ ਕੇ ਵੱਡੇ ਸਰਜੇ ਮਾਰੀ ਤਾ ਓ ਤੂੰ ਤਾਂ ਗਿਆ ਸੈਂ ਸਾਇਬਾ ਵਿਉਣ ਨੂੰ ਹਾਏ ਗਿਆ ਸੈਂ ਸਾਇਬਾ ਵਿਉਣ ਨੂੰ ਕਿੱਥੇ ਬੈਠ ਹੈ ਜਾਨ ਗਵਾ ਓ ਇੱਕ ਲਾਲ ਦੁਸ਼ਾਲਾ ਰੇਸ਼ਮੀ ਹਏ ਲਾਲ ਦੁਸ਼ਾਲਾ ਰੇਸ਼ਮੀ ਮੇਰੇ ਮਿਰਜ਼ੇ ਤੇ ਦਿਓ ਪਾ ਹੋ ਜੱਟ ਦੀ ਚੰਦਨ ਵਰਗੀ ਦੇਨੂ ਹਾ ਚੰਦਨ ਵਰਗੀ ਦੇਨੂ ਦਿਓ ਮਹਿਕਾ ਨਾਲ ਨਵਾ ਓਏ ਤੁਸੀਂ ਉੱਠੋ ਸ਼ੇਰੋ ਦੁਲਿਓ ਹਾ ਥੋ ਸ਼ੇਰੋ ਦੂਲੇਓ ਪੈ ਜੋ ਸਿਆਲਾ ਵਾਲੇ ਰਾ ਓਏ ਅੱਜ ਮੈਂ ਬਖਤੋ ਧੀ ਸ਼ਮੀਰ ਦੀ ਸਾਬਾ ਵਾਲੇ ਵੀਰ ਦੀ ਹਲਾ ਬਖਤੋ ਧੀ ਸ਼ਮੀਰ ਦੀ ਲੈ ਆਉਣੀ ਢੋਲੇ ਪਾ ਤੇ ਮੈਂ ਆਇਆ ਮੇਲਾ ਨੀ ਮੰਨਣਾ ਪਾਵੇ ਢੋਲੇ ਦੇਣ ਬੰਜਾਇਓ ਹੋ ਵੇ ਤੂੰ ਵੇਖੀ ਵੇ ਮੇਰੇ ਮਿਰਜ਼ਾ ਵੇ ਤੂੰ ਵੇਖੀ ਵੇ ਮੇਰੇ ਮਿਰਜ਼ਾ ਮੈਂ ਪੁੱਲ ਕੇ ਲਾਲੀਆਂ ਜੀਵੇ ਮੇਰਾ ਯਾਰ 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 ਦਰੂਆ ਤੇਰੀਆਂ ਚੱਕਿਓ ਤੇਵੇਂ ਲੁੱਟੀ ਕਮਾਲ ਦਾ ਤੁਸੀਂ ਗਾਇਆ ਪੰਜੀ ਬਹੁਤ ਕਮਾਲ ਲਗਾਇਆ ਔਰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੋਗਾ ਸੋ ਸਰੋਤਿਓ ਇਹ ਸੀ ਸਾਡੇ ਅਗਲੇ ਪ੍ਰੋਗਰਾਮ ਦੀ ਇੱਕ ਹੋਰ ਕੜੀ ਮਨਪ੍ਰੀਤ ਅਖਤਰ ਜੀ ਦੇ ਨਾਲ ਤੁਹਾਡੇ ਰੂਬਰੂ ਹੋਏ ਹਨ ਸੋ ਸਾਡੀਆਂ ਇਹੀ ਜੋ ਤਾਕੀਦ ਅਸੀਂ ਬਾਰ-ਬਾਰ ਤੁਹਾਨੂੰ ਕਰਦੇ ਹਾਂ ਕਿ ਚੰਗਾ ਸੰਗੀਤ ਸੁਣੋ ਸੁਖਮ ਸੰਗੀਤ ਸੁਣੋ ਅੱਛੇ ਗਾਇਕ ਦੇ ਨਾਲ ਆਪਣਾ ਰਾਫਤਾ ਜੋੜੋ ਬਾਇਰ ਸੀ ਤੋ ਆਪਣਾ ਮੂੰਹ ਮੋੜ ਲਓ ਮਿੱਤਰੋ ਇਹ ਇੰਡਸਟਰੀ ਦੇ ਵਿੱਚ ਤੁਹਾਡੇ ਵਿੱਚੋਂ अनेका ਹੀ ਮਨਪ੍ਰੀਤ ਅਖਤਰ ਹੋਰ ਬੈਠੀਆਂ ਨੇ ਮੇਰੀਆਂ ਭੈਣਾਂ ਜਾਂ ਹੋਰ ਵੀਰ ਕਲਾਕਾਰ ਜੋ ਆਪਣੇ ਸੁਪਨੇ ਸੰਜੋਏ ਬੈਠੇ ਨੇ ਵਿਰਾਸਤ ਹਮੇਸ਼ਾ ਹੀ ਕੁਝ ਅੱਛੇ ਕਲਾਕਾਰ ਜਾਂ ਅੱਛੀਆਂ ਐਜੂਕੇਸ਼ਨਲ ਐਕਟੀਵਿਟੀਜ਼ ਤੁਹਾਡੇ ਰੂਪ ਰੂਪ ਕਰਦਾ ਰਹੇਗਾ ਔਰ ਕਦੇ ਵੀ ਤੁਸੀਂ ਵਿਰਾਸਤ ਦੀ ਵੈਬਸਾਈਟ virasatpeace.org ਜਾਂ YouTube ਤੇ ਵਿਰਾਸਤ ਪੀਸ ਆਰਗ ਦੇ ਉਤੇ ਇਸ ਚੈਨਲ ਦੇ ਉਤੇ ਵਿਜ਼ਿਟ ਕਰ ਸਕਦੇ ਹੋ ਇਹਨਾਂ ਇੰਟਰਵਿਊਜ਼ ਨੂੰ ਇਹਨਾਂ ਵੀਡੀਓਜ਼ ਨੂੰ ਦੇਖਣ ਲਈ ਸੋ ਆਓ ਅੱਜ ਸਾਡੇ ਇਸ ਕਲਾਕਾਰ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਇੰਟਰਵਿਊ ਨੂੰ ਇੱਥੇ ਖਤਮ ਕਰਦੇ ਹਾਂ ਪੰਜੀ ਮਨਪ੍ਰੀਤ ਅਕਸਰ ਜੀ ਸਟੂਡੀਓ ਦੇ ਵਿੱਚ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਬੜੀ ਮਿਹਰਬਾਨੀ ਕਿ ਤੁਸੀਂ ਮੈਨੂੰ ਆਪਣੇ ਸਟੂਡੀਓ ਵਿੱਚ ਬੁਲਾ ਕੇ ਇੰਨੇ ਸੋਹਣੇ ਲਫ਼ਜ਼ਾਂ ਦੇ ਨਾਲ ਇੰਨੀ ਸੋਹਣੇ ਤਰੀਕੇ ਦੇ ਨਾਲ ਪੇਸ਼ ਕੀਤਾ ਮੇਰੇ ਸੁਣਨ ਵਾਲੇ ਸੂਝਵਾਨ ਸਰੋਤਿਆਂ ਦੇ ਵੇਖਣ ਵਾਲੇ ਸਰੋਤਿਆਂ ਦੇ ਰੂਬਰੂ ਕੀਤਾ ਮੈਂ ਤੁਹਾਡੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਇੱਕ ਵਾਰੀ ਫੇਰ ਮੇਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਅਦਾ ਥੈਂਕ ਯੂ ਵੈਰੀ ਪਾਚ